ਹੋ ਗਈ ਜੀ ਗੱਲ ਬੱਬੂ ਨਾਲ? ਅੱਛਾ, ਪਿਆਹੋ ਗੱਲ ਤਾਂ ਹੋ ਗਈ ਸੀ। ਉਹ ਕਹਿੰਦਾ ਸੀ ਵੀ 10 10:30 ਵਜੇ ਚੱਲਾਂਗੇ। ਫਿਰ ਨਹਾ ਲੈਂਦੇ, ਤਿਆਰ ਹੋ ਜਾਓ ਤੁਸੀਂ। ਬਸ ਹੁਣ ਨਾ ਤਿਆਰ ਆ ਹੋਰ ਕੀ? ਬੇਬੇ ਆਹ ਤੁਸੀਂ, ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ। ਕੀ ਹਾਲ ਆ ਬਾਈ? ਬਹਿ ਆਪ ਦੇ। ਤਾਂ ਤੇਰੇ ਸਾਹਮਣੇ ਹੀ ਆ। ਠੀਕ ਹੈ, 7 ਖਾਸੀ ਵੱਜ ਗਈ ਨਾ। ਚੱਲ ਹਾਂ ਕੋਈ ਗੱਲ ਹਾਂ, ਨਹੀਂ, ਐਂ ਕਾਹਨੂੰ ਮਰਦੇ ਆ ਕਿਸੇ ਦੇ ਮਾਰੇ। ਇਹ ਤਾਂ ਮਾਰਨ ਵਾਲੇ 'ਚ ਹੀ ਕਮੀ ਰਹਿ ਗਈ, ਨਹੀਂ ਤਾਂ ਰਹਿੰਦਾ ਤਾਂ ਹੈ ਨਹੀਂ ਸੀ ਤੂੰ। ਚੱਲ ਕੋਈ ਗੱਲ ਨਹੀਂ, ਐਕਸੀਡੈਂਟ ਹੋ ਗਿਆ ਮੈਂ ਸੁਣਿਆ। ਉਹ ਐਂ ਤਾਂ ਚੱਲਦੀਆਂ ਰਹਿੰਦੀਆਂ, ਐਂ ਠੱਠੇ ਝੋਟਿਆਂ ਦੇ ਵੱਜਦੀਆਂ ਹੀ ਹੁੰਦੀਆਂ। ਅੱਛਾ, ਉਹ ਨਹੀਂ ਨਹੀਂ ਮਤਲਬ ਪਤਾ ਲੈਣਾ ਆ ਆਪਦੇ ਭਾਈ ਦਾ। ਪਤਾ ਹੀ ਹੈ ਕਿਹੜਾ ਪਤਾ ਤੈਨੂੰ, ਤਾਂ ਬੋਲਣ ਦਾ ਜਮੇ ਨਹੀਂ ਪਤਾ ਕੁੜੇ। ਅਸੀਂ ਪਤਾ ਲੈਣਾ ਹੈ ਘਰੇ ਨੂੰ, ਪਾਣੀ ਧਾਣੀ ਦਾ ਕੀ ਪੁੱਛਣਾ ਸੀ, ਉਲਟਾ ਗਲ ਪੈਂਦੀ ਹੈ। ਜਿਹੋ ਜਿਹਾ ਬੋਲੋਗੇ ਉਹੋ ਜਿਹਾ ਸੁਣੋਗੇ। ਓਏ ਹਰਪ੍ਰੀਤ, ਕਿਉਂ ਬੋਲੀ ਜਾਨੀ ਆ? ਤੈਨੂੰ ਪਤਾ ਤਾਂ ਹੈਗਾ ਇਹਨਾਂ ਦਾ, ਉਹ ਇਹ ਤਾਂ ਪਹਿਲੇ ਦਿਨੋਂ ਹੀ ਵੱਡੇ ਤੇ ਨੂਨ ਲਾਉਣ ਆਉਂਦੇ ਹੁੰਦੇ ਆ। ਲੈ ਇਹਨੂੰ ਭਲਾ ਅਸੀਂ ਚੰਗਾ ਮੰਦਾ ਕੀ ਕਿਹਾ, ਅਸੀਂ ਤਾਂ ਹਲੇ ਕੁਝ ਬੋਲੇ ਹੀ ਨਹੀਂ। ਨਾ ਪਹਿਲਾਂ ਮੈਨੂੰ ਐਂ ਦੱਸੋ ਵੀ ਅੱਜ ਤੁਹਾਨੂੰ ਸਾਡਾ ਘਰ ਕਿਵੇਂ ਦਿਸ ਗਿਆ? ਉਹ ਮੈਂ ਕਿਹਾ ਪਤਾ ਲੈ ਆਈਏ, ਨਾਲੇ ਮੈਂ ਤੈਨੂੰ ਐਂ ਦੱਸਦਾ ਸੀ ਵੀ ਅੱਜ ਤਰੀਕ ਹੈ, ਠੀਕ ਹੈ, ਕਿਤੇ ਪਹੁੰਚਦਾ ਨਾ ਹੋ ਜੀ ਉੱਥੇ। 6 ਫੇਟ ਵੱਜੀ ਹੈ, ਕੋਈ ਨਹੀਂ ਮੈਂ ਆਪੇ ਜਾਇਆਂਗਾ ਉੱਥੇ ਤਾਂ। ਓਏ ਕੋਈ ਗੱਲ ਨਹੀਂ, ਤੂੰ ਮੇਰੀ 6 ਫੇਟ ਦਾ ਕਿਉਂ ਫਿਕਰ ਕਰਦਾ? ਉਹ ਮੈਨੂੰ ਆਏ ਸੀ, ਮੈਂ ਕਿਹਾ ਉਹ ਜਿਹੜੇ ਮੁੰਡੇ ਤੇਰੇ ਮਗਰ ਲੱਗੇ ਹੋਏ ਆ, ਕਿਤੇ ਖਾਸ ਹੀ 6 ਹੋਰ ਨਾ ਮਾਰ ਜਾਣ, ਜਾਣ ਦਾ ਮਾੜਾ ਜਿਹਾ ਪਰਹੇਜ਼ ਹੀ ਰੱਖ। ਓਏ ਇਹੋ ਜਿਹੇ ਡਰਾਵੇ ਕਿਸੇ ਹੋਰ ਨੂੰ ਦੇਈ, ਇਹਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ ਮੈਂ। ਜੇ ਤੁਹਾਡੇ ਤਿਲਾਂ 'ਚ ਤੇਲ ਹੁੰਦਾ ਨਾ, ਮੈਨੂੰ ਸਾਰਾ ਹੀ ਪਤਾ ਕਿਹਦਾ ਕਰਿਆ ਧਰਿਆ। ਜੇ ਪਤਾ ਤਾਂ ਫਿਰ ਮੈਂ ਆਪ ਹੀ ਦੱਸ ਦਿੰਦਾ ਵੀ ਹਾਂ ਐਤਕੀ ਤਾਂ ਤੂੰ ਬਚ ਗਿਆ। ਕਿਉਂ? ਕਿਉਂਕਿ ਮੈਂ ਉਹਨੂੰ ਕਿਹਾ ਸੀ ਵੀ ਥੋੜ੍ਹਾ ਜਿਹਾ ਡਰਾਉਣਾ ਹੀ ਆ ਬੰਦਾ, ਤੇ ਹੁਣ ਕਿਤੇ ਰਾਹ 'ਚ ਜਾਂਦਾ ਕੰਮ ਸਾਫ਼ ਹੀ ਨਾ ਹੋ ਜਾਏ ਤੇਰਾ। ਉਹ ਇਹ ਤਾਂ ਭਾਈਦਿਆਂ ਨੂੰ ਰਾਹ ਇੱਕੋ ਜਿਹੇ ਹੁੰਦੇ ਆ, ਮਾੜਾ ਜਿਹਾ ਨਾ ਇੰਨਾ ਕੁ ਦੇਖ ਕੇ ਚੱਲੀ ਵੀ ਆਪਣਾ ਜ਼ਮੀਨ ਦਾ ਕੇਸ ਲੱਗਿਆ ਪਿਆ, ਠੀਕ ਆ, ਇਹ ਨਾ ਹੋਵੇ ਮੈਨੂੰ ਮਾਰਦਾ ਆਪਦੇ ਜਵਾਕ ਰੋਲ ਕੇ ਬਹਿ ਜੇ। ਓਏ ਕਾਕਾ, ਸਾਡੇ ਦਾ ਕੀ ਜਵਾਕ ਰੋਲੇਗਾ, ਇਹ ਨਾ ਹੋਵੇ ਵੀ ਕਿਤੇ ਆ ਘਰੇ ਬੋਲਣ ਜੋਗੀ ਕੱਲੀ ਰਹਿ ਜੇ। ਉਹੀ ਤਾਂ ਗੱਲ ਆ, ਬਾਕੀ ਤੈਨੂੰ ਪਤਾ ਹੀ ਆ ਪਿੰਡ ਵਾਲਿਆਂ ਦਾ ਤੇ ਪਿੰਡ ਵਾਲੇ ਲੋਕਾਂ ਦਾ, ਕੱਲੀ ਜਨਾਨੀ ਤੇ ਕਿਵੇਂ ਅੱਖ ਰੱਖਦੇ ਹੁੰਦੇ ਆ। ਉਹ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਨਾ ਤੈਨੂੰ ਦੱਸਣ ਦੀ ਲੋੜ। ਕੋਈ ਸਾਨੂੰ ਇਹ ਗੱਲਾਂ ਦਾ ਸੰਸਾ ਕਰਨ ਦਾ ਕੀ ਉਹ ਆ? ਹੈ ਕੋਈ ਨਹੀਂ, ਮੇਰਾ ਪਰਿਵਾਰ ਆ, ਮੈਂ ਆਪੇ ਦੇਖ ਲੂੰ, ਠੀਕ ਆ। ਰਹੀ ਗੱਲ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਉਹਦੇ ਬੇਇੱਜ਼ਤ ਕਰਕੇ ਤੋਰਿਆ ਸੀ ਨਾ ਘਰੋਂ, ਠੀਕ ਆ, ਇੰਨੀ ਕੁ ਸਿਆਣਪ ਮੇਰੇ 'ਚ ਹੈਗੀ ਆ ਵੀ ਮੈਂ ਆਪਦੇ ਘਰੇ ਆਏ ਬੰਦੇ ਦੀ ਬੇਇੱਜ਼ਤੀ ਨਹੀਂ ਕਰਦਾ। ਜੇ ਹੁਣ ਤੁਸੀਂ ਭਲਾ ਚਾਹੁੰਦੇ ਹੋ ਤਾਂ ਆਪਦਾ ਨਾ ਦਫਾ ਹੋ ਜਾਓ ਇੱਥੋਂ। ਉਹ ਇਸ ਤਰ੍ਹਾਂ ਜਾਈ ਬੜਾਂਗੇ, ਮੇਰੀ ਗੱਲ ਸੁਣ, ਮੈਂ ਤੈਨੂੰ ਜਿਹੜੀ ਗੱਲ ਕਹਿਣ ਆਇਆ ਸੀ ਵੀ ਤਰੀਕ ਤੇ ਨਾ ਜੀ, ਠੀਕ ਆ ਨਾ, ਲਾਸਟ ਵਾਰ ਭਾਈ ਨੂੰ ਬਾਣ ਇੱਕੋ ਜੇ ਆ, ਮੈਂ ਤੈਨੂੰ ਕਹੀ ਜਾਂਦਾ ਨਾ, ਉਹਦਾ ਪਤਾ ਲੱਗੂ ਵੀ ਕਿਹੜਾ ਦੁੱਧ ਪੀਣਾ ਨਿੱਤਰ ਦਾ। ਬਸ ਠੀਕ ਆ ਫਿਰ। ਤੈਨੂੰ ਕੀ ਲੱਗਦਾ, ਤੇਰੇ ਕਹਿੰਦੇ ਜਾਂਦੇ ਨੇ ਤਰੀਕ ਤੇ? ਜਾਣਗੇ ਤਾਂ, ਭੇਜ ਕੇ ਦੇਖ ਲਈ ਫਿਰ। ਕੋਈ ਗੱਲ ਨਹੀਂ, ਐਤਕੀ ਤਾਂ ਮੋਟਰਸਾਈਕਲ ਤੇ ਆਈ ਗਿਆ ਸੀ, ਸਾਰੀ ਖਬਰ ਆ ਮੈਨੂੰ, ਹੁਣ ਨਹੀਂ ਆਉਂਦਾ ਫਿਰ। ਅਸੀਂ ਤਾਂ ਤੈਨੂੰ ਇੱਥੇ ਸਮਝਾਉਣੀ ਆਏ ਸੀ, ਬਾਕੀ ਤੇਰੀ ਮਰਜ਼ੀ, ਸਮਝਣਾ ਨਾ ਸਮਝਣਾ। ਚੱਲ ਪੁੱਤ, ਆਪਣੀ ਸਿਆਣਪ ਨਾ ਆਪਦੇ ਕੋਲੇ ਰੱਖੋ, ਬਾਕੀ ਤੁਰਦੇ ਬਣੋ। ਰਹੀ ਗੱਲ ਜ਼ਬਾਨ ਦੀ, ਜਿਹੜੀ ਤੁਸੀਂ ਆ ਜ਼ਬਾਨ ਲੜਾਉਂਦੇ ਹੋ, ਜ਼ਬਾਨ ਉਸ ਬੰਦੇ ਨਾਲ ਲੜਾਈ ਦੀ ਹੁੰਦੀ ਆ ਜਿਹਦੇ ਨਾਲ ਆਪਣਾ ਮੇਲ ਮਿਲਾਪ ਹੋਵੇ। ਅਸੀਂ ਇੱਥੇ, ਤੁਸੀਂ ਇੱਥੇ, ਕਿੱਥੇ ਮੇਲ ਮਿਲਾਪ ਕਰ ਲਓਗੇ ਸਾਡੇ ਨਾਲ? ਤੁਸੀਂ ਸਾਡੇ ਪੈਸੇ ਤੇ ਹੀ ਹੋ, ਕਿਤੇ ਆਏ ਨਾ ਨਾ ਹੋਵੇ, ਇੱਥੋਂ ਤੁਸੀਂ ਮੇਰੇ ਪੈਰਾਂ 'ਚ ਬੈਠੇ ਹੋਵੋ। ਜੇ ਤੁਹਾਨੂੰ ਡਰ ਆ ਨਾ ਸਾਰਾ ਕੁਝ ਜਾਣ ਦਾ, ਤੇ ਤੁਸੀਂ ਤਾਂ ਹੀ ਅੱਜ ਮੇਰੇ ਘਰੇ ਆ ਕੇ ਬੜੇ ਹੋ, ਨਹੀਂ ਇਹ ਤੂੰ ਪਹਿਲਾਂ ਨਹੀਂ ਆਏ ਕਦੇ। ਯਾਰ ਬਾਲੀ ਗੱਲ ਤਾਂ ਮੈਨੂੰ ਕਰਨੀ ਨਹੀਂ ਆਉਂਦੀ, ਗੱਲ ਸੁਣ, ਠੀਕ ਹੈ, ਨਾ ਤਾਂ ਮੈਂ ਜ਼ਮੀਨ ਕਿਤੇ ਜਾਣ ਦੇਵਾਂ ਤੇ ਨਾ ਉਹ ਜਾਵੇ। ਤੂੰ ਆਪਦਾ ਦੇਖ ਲਈ ਵੀ ਤੂੰ ਇੱਥੋਂ ਘਰੋਂ ਨਿਕਲੇਗਾ ਤੇ ਉਦੋਂ ਬਾਅਦ ਕਿੱਥੇ ਜਾਏਗਾ? ਉਹ ਕੋਈ ਨਹੀਂ ਕੋਈ ਨਹੀਂ, ਇਹ ਜੀਆਂ ਗਿੱਦੜ ਧਮਕੀਆਂ ਕਿਸੇ ਹੋਰ ਨੂੰ ਦੇਈ ਜਾ ਕੇ ਧਮਕੀ ਸਮਝਦਾ ਬੇਬੇ? ਆ ਜਿਹੜਾ ਐ ਕਰ ਵਾਲੀ ਬੈਠਾ ਨਾ, ਉਹ ਮਨ ਚੋਂ ਕੱਢ ਦੇ। ਉਹ ਕੋਈ ਨਹੀਂ ਕੋਈ ਨਹੀਂ, ਵਹਿਮ ਤਾਂ ਹੁਣ ਐ ਪਤਾ ਲੱਗੂ ਵੀ ਕਿਹਦੇ ਨਿਕਲਦੇ ਆ ਤੇ ਕਿਹਦੇ ਨਹੀਂ। ਐ ਕਰੀ ਭਾਬੀ, ਫਿਰ ਬੰਦਿਆਂ ਨੂੰ ਫੋਨ ਕਰਕੇ ਰੱਖੀ ਰਿਸ਼ਤੇਦਾਰੀ 'ਚ, ਚੰਗਾ, ਤੇ ਆਟਾ ਕੱਲੇ ਆਪਦਾ ਹੀ ਗੁੰਨ ਲਈ। ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ, ਦੇਖ ਲੈ ਲੈ। ਹੈ ਧਮਕਾ ਆਉਣ ਆਉਂਦੇ ਆ ਘਰੇ? ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਸਾਰਾ ਕੁਝ ਆਕਾਸ਼ ਨੇ ਕਰਵਾਇਆ, ਤੁਸੀਂ ਤਾਂ ਗੱਲ ਹੀ ਨਹੀਂ ਸੁਣੀ ਮੇਰੀ। ਉਹ ਚੱਲ ਕੋਈ ਨਹੀਂ, ਪਤਾ ਤਾਂ ਮੈਨੂੰ ਵੀ ਸੀ, ਠੀਕ ਆ, ਪਰ ਹੁਣ ਤੂੰ ਐਂ ਦੇਖ ਲੈ ਵੀ ਇਹਨਾਂ ਦੇ ਪੈਰ ਭਾਰ ਝਾਲਦੇ ਹੁੰਦੇ ਨਾ, ਅੱਜ ਇਹ ਇੱਥੇ ਨਹੀਂ ਆਉਂਦੇ ਸੀ।
ਪਤਾ ਤਾਂ ਹੁਣ ਇਹਨਾਂ ਨੂੰ ਵੀ ਲੱਗ ਗਿਆ ਨਾ। ਇਹ ਤਾਂ ਘਰੇ ਆ ਕੇ ਧਮਕਾਉਣ ਲੱਗ ਗਏ। ਓਹੋ ਤੂੰ ਕਮਲੀ ਆ ਹਨਾ, ਜਮਾ ਤੇਰਾ ਦਿਮਾਗ ਨੀ ਕੰਮ ਕਰਦਾ। ਓਏ ਉਹ ਨੀਵੇਂ ਹੋ ਕੇ ਇੱਥੇ ਆਪਾਂ ਨੂੰ ਧਮਕਾਉਣ ਕਿਉਂ ਆਇਆ ਪਤਾ? ਉਹ ਐਂ ਕਹਿੰਦੇ ਆ ਵੀ ਸਾਥੋਂ ਸਾਡਾ ਕੁਛ ਖੋ ਨਾ ਲਿਓ, ਠੀਕ ਆ। ਅੱਜ ਤੱਕ ਤਾਂ ਇੱਥੇ ਇਹਨਾਂ ਨੇ ਪੈਰ ਨਹੀਂ ਪਾਇਆ, ਉਹ ਡਰਦੇ ਆ ਉਹ ਮਾੜਾ ਜਿਹਾ ਅਕਲ ਨੂੰ ਹੱਥ ਮਾਰ। ਉਹਨਾਂ ਨੂੰ ਆਇਆ ਵੀ ਇਕੱਲਾ ਅਸੀਂ ਇਕੱਲੇ ਨੂੰ ਧਮਕਾਵਾਂਗੇ, ਇਹ ਦਬਣਾ ਨੀ, ਇਹਦੇ ਘਰਾਂ ਵਾਲੀ ਦੇ ਸਾਹਮਣੇ ਜਾ ਕੇ ਧਮਕਾ ਕੇ ਉਹ ਇਹਨੂੰ ਭਰਮਾਊਗੀ। ਉਹ ਕੋਈ ਨੀ ਤੂੰ ਸੰਸਾ ਨਾ ਕਰ, ਹੈ ਮੈਂ ਬੱਬੂ ਨੂੰ ਕਰਦਾ ਫੋਨ, ਉਹਦੇ ਕੋਲੇ ਵੀ ਹੈਗਾ ਅਸਲਾ, ਉਹ ਲਿਆਊ ਚੱਕ ਕੇ, ਦੇਖਾਂਗੇ ਇਹਨਾਂ ਨੂੰ ਕਿੱਥੋਂ ਕੁ ਤੱਕ ਭਾਈ ਦਿਆ ਫਿਰ। ਹਾਂ ਇਕੱਲੇ ਨਾ ਜਾਈਓ, ਬੱਬੂ ਨੂੰ ਕਹਿ ਦਿਓ, ਹੋਰ ਵੀ ਬੰਦੇ ਬੁਲਾ ਲਿਓ। ਉਹ ਕੋਈ ਨੀ ਤੂੰ ਐ ਕਰ, ਮੇਰੇ ਕੱਪੜੇ ਕੱਢ, ਠੀਕ ਆ। ਹਾਂ ਮੈਂ ਹੁਣ ਨਾ ਤਿਆ ਕੱਪੜੇ ਲਿਆਉਣੇ ਥੋੜੇ ਕੱਢ, ਜਾਂ ਤੂੰ ਪਾਣੀ ਪਾ, ਚੱਕ ਲਓਗੇ ਕੱਪੜੇ? ਆਹੋ ਆਹੋ ਮੈਂ ਲਿਆਉਣਾ ਕੱਪੜੇ, ਤੂੰ ਪਾਣੀ ਪਾ ਨਾ। ਹਾਂ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ, ਅੜੀਏ ਬਸ ਦੋ ਕੁ ਮੈਂਬਰ ਘੱਟ ਹੈਗੇ, ਸ਼ਾਮ ਤੱਕ ਹੋ ਜਾਣਗੇ ਤੇ ਫਿਰ ਆਪਾਂ ਬਸ ਇਕੱਠੀ ਕਰ ਲਾਂਗੇ ਕਮੇਟੀ। ਹਾਂ ਹਾਂ ਉਹਨਾਂ ਦੇ ਪੈਸੇ ਤਾਂ ਆ ਗਏ ਸਾਰਿਆਂ ਦੇ, ਬਸ ਜਿਹੜੇ ਦੋ ਮੈਂਬਰ ਘੱਟ ਆ ਉਹ ਹੱਥ ਨੇ ਫੜਾ ਜਾਣਗੇ। ਹਾਂ ਮੇਰੀ ਗੱਲ ਸੁਣਨ ਵਾਲੇ, ਮੈਂ ਇੱਧਰ ਬਾਈ ਕੇ ਘਰੇ ਆਈ ਆ ਹੁਣ, ਬੱਬੂ ਕੇ ਇੱਧਰ ਕੰਮ ਆ ਮੈਨੂੰ ਸੱਦਿਆ, ਲੈ ਪਾਣੀ ਲਿਆ ਦੇ, ਫਿਰ ਮੈਂ ਹੱਥ ਨੇ ਗੱਲ ਕਰੂੰ ਤੇਰੇ ਨਾਲ, ਚੰਗਾ? ਆਹੋ ਚੱਲ ਚੰਗਾ ਫਿਰ ਆ ਜਾ ਭੈਣੇ ਬਾਈ। ਦੱਸ ਵੇ ਬਾਈ ਕਿਵੇਂ ਬੁਲਾਇਆ? ਕਿਵੇਂ ਫੋਨ ਤੇ ਆਏ, ਲੋਹੇ ਲੱਖੀ ਹੋਈ ਆਉਣੀ ਆ ਫੋਨ ਤੇ ਕੀ, ਤੈਨੂੰ ਪਤਾ ਤਾਂ ਹੈਗਾ ਆ ਜਿਹੜੇ ਮੈਂ ਕਮੇਟੀਆਂ ਆਈਆਂ ਦੇ ਪੰਗੇ ਲੈਣੀ ਆ। ਹਾਂ ਆ ਇਹ ਸਾਲ ਕਹਿ ਦਿੰਦੀ ਹੁਣ ਨੀ ਪੰਗਾ ਲੈਂਦੀ, ਫੇਰ ਫੇਰ ਇਕੱਠੀਆਂ ਹੋ ਜਾਂਦੀਆਂ ਸਹੇਲੀਆਂ। ਹੋਰ ਹੋਰ ਸੁੱਖ ਤਾਂ ਹੈ? ਠੀਕ ਠਾਕ ਵਧੀਆ। ਹੁਣ ਕੀ ਚੱਕਰ ਪੈ ਗਿਆ ਤੁਹਾਡਾ? ਹੁਣ ਨਵੀਂ ਕਮੇਟੀ ਪਾਉਣੀ ਹੈ। ਅੱਛਾ ਅੱਛਾ ਅੱਛਾ, ਉਹ ਦੋ ਕੁ ਮੈਂਬਰ ਘੱਟ ਹੈ, ਉਹ ਜਿਨ੍ਹਾਂ ਨੇ ਪੈਸੇ ਪਹਿਲਾਂ ਫੜਾਤੇ ਉਹਨਾਂ ਨੂੰ ਤੈਨੂੰ ਪਤਾ ਫੇਰ ਕਾਲ ਹੋ ਜਾਂਦੀ ਹੈ। ਆ ਤੇਰੇ ਵਾਲੀ ਭਾਬੀ ਨਾਲ ਪਾ ਲਾ ਕਮੇਟੀ ਦੇ ਵਿੱਚ? ਹਾਂ ਤੁਸੀਂ ਪਾ ਦੇ ਭਾਈ ਇੱਕ ਕਮੇਟੀ, ਮੈਂ ਤਾਂ ਕਹਿ ਨਹੀਂ। ਸਤਿ ਸ੍ਰੀ ਅਕਾਲ, ਹੋਰ ਠੀਕ ਹੈ? ਐ ਨਾ ਨਾ ਜਿਵੇਂ ਪਹਿਲਾਂ ਉਹ ਉਹਨਾਂ ਨੇ ਕਰਤਾਰੋਂ ਨੇ ਕੀਤਾ ਸੀਗਾ, ਕਮੇਟੀਆਂ ਸਾਰੀਆਂ ਖਾ ਕੇ ਮੁੜ ਕੇ ਮੁੱਕਰ ਗਈ ਸੀ, ਮੁੜ ਕੇ ਤੂੰ ਮੁੱਕਰ ਗਈ। ਨਾ ਨਾ ਸਾਨੂੰ ਤਾਂ ਕਾਇ ਸਾਲ ਹੋ ਗਏ, ਚੱਲਦੀਆਂ ਨੂੰ ਕਮੇਟੀਆਂ, ਬਾਹਰ ਕਮੇਟੀਆਂ ਜਾਗਦੀਆਂ। ਹੋਰ ਵਧੀਆ, ਹਾਂ ਬਸ ਇਹਨੇ ਨਾਲ ਦਿਨ ਨਿਕਲ ਜਾਣਾ ਤੇਰੇ ਵਰਗੀਆਂ ਸਹੇਲੀਆਂ ਨਾਲ ਗੱਲਾਂ ਮਾਰ ਕੇ, ਹੈਨਾ? ਹੈ ਵੀ ਹੈਗਾ। ਹੋਰ ਸੁਣਾਓ ਕਿਵੇਂ ਸੱਦਾ ਦਿੱਤਾ ਮੈਨੂੰ? ਸੱਦਾ ਤਾਂ ਤੇਰੇ ਨਾਲ ਰਹਿ ਕਰ ਰਹੀ ਸੀ ਭਾਈ। ਹਾਂ ਭਾਈ ਦੱਸੋ। ਰਹਿ ਐਂ ਕਰਨੀ ਸੀ ਭੈਣੇ, ਆਪਾਂ ਜਾਣਾ ਮਨਿੰਦਰ ਕੋਲੇ ਸੁਨਾਰਾ ਲੈ ਕੇ ਸੌਣ ਦਾ। ਅੱਛਾ। ਹਾਂ ਤੇ ਅਸੀਂ ਰਹਿ ਜੀ ਕਰਦੇ ਸੀਗੇ, ਮਹਾ ਵੀ ਉਹ ਨਾਲੇ ਤਾਂ ਬਿਸਕੁਟ ਜੇ ਲੈ ਕਢਾਉਣ ਵਾਸਤੇ, ਹੁਣ ਦੁੱਧ ਦੁੱਧ ਇਕੱਠਾ ਜਿਹਾ ਕਰੀ ਬੈਠੇ, ਮੈਂ ਨਾਲੇ ਉਹ ਚੱਲਦੇ ਨਾਲੇ ਉਧਰ ਦੀ ਉਧਰ ਨਾਲ ਜਾ ਕੇ ਫੜਾਇਆ ਮੈਂ, ਤੂੰ ਸਾਡੇ ਨਾਲ ਚੱਲ। ਮੈਂ ਤਾਂ ਨਹੀਂ ਭਾਈ ਜਾਂਦੀ ਤੁਹਾਡੇ ਨਾਲ। ਕਿਉਂ ਨਾ? ਮੈਂ ਅੱਗੇ ਨਾ ਮੈਂ ਤੇਰੇ ਨਾਲ ਗਈ ਸੀ ਭੈਣੇ ਉਦੋਂ ਦੇਖ, ਤੇ ਐਡੀ ਬੇਇੱਜ਼ਤੀ ਕੀਤੀ ਸੀ ਤੂੰ ਤਾਂ ਚੱਲ ਲਈ, ਮੈਂ ਇੱਥੋਂ ਨਹੀਂ ਚੱਲੀ ਜਾਂਦੀ ਇੰਨੀ ਬੇਇੱਜ਼ਤੀ। ਉਹ ਚੱਲ ਉਦੋਂ ਬਹੁਤ ਮਾਇਆ ਫਿਰ ਚੱਲਣੀ ਪੈਂਦੀ ਹੈ ਮੈਨੂੰ ਤਾਂ ਭਾਈ, ਫਿਰ ਗੁੱਸਾ ਆਉਂਦਾ ਉਹਨਾਂ ਦੀਆਂ ਗੱਲਾਂ ਤੇ, ਨਾਲੇ ਜਿਹੜਾ ਕੁਝ ਹੋ ਗਿਆ ਹੋਵਾ ਗਿਆ ਹੁਣ ਤਾਂ ਭੈਣੇ। ਤਾਂ ਮਨਿੰਦਰ ਕਹਿੰਦੀ ਮੈਂ ਬਾਹਲੀ ਖੁਸ਼ ਹਾਂ। ਹਾਂ ਕੋਈ ਨਾ ਤੂੰ ਮੇਰੇ ਨਾਲ ਵਗ ਚੱਲ, ਹੁਣ ਤਾਂ ਸੱਸ ਦੇ ਸੁਭਾਅ 'ਚ ਬਦਲਾ ਆ ਗਿਆ। ਨਾ ਹੁਣ ਬੋਲਦੇ ਤਾਂ ਨਹੀਂ ਕੁਛ, ਹੁਣ ਆਏ ਉਹਨਾਂ ਨੇ ਕੀ ਬੋਲਣਾ ਗਾ, ਪਹਿਲਾਂ ਕਿਹੜਾ ਮੂੰਹ 'ਚ ਪਾ ਗਏ ਆਪਾਂ ਨੂੰ ਚੱਲ ਬੋਲ ਕੇ। ਮੂੰਹ 'ਚ ਤਾਂ ਨਹੀਂ ਪਾ ਗਏ ਵੀ ਮਨਿੰਦਰ ਦੀ ਗੱਲ ਕਰਦੀਆਂ, ਵੀ ਦੇਖ ਹੁਣ ਉਹ ਲੈ ਕੇ ਗਏ ਆ ਕੇ, ਵੀ ਕੋਈ ਗੱਲਬਾਤ ਉਦੋਂ ਬਾਅਦ ਤਾਂ ਨਹੀਂ ਹੋਈ, ਕੋਈ ਲੜੇ ਝਗੜੇ ਤਾਂ ਕੁਛ ਬੋਲੇ? ਮਨਿੰਦਰ ਦੇ ਕੋਲੇ ਆ ਪਰਸੋਂ ਜਾ ਕੇ ਆਇਆ। ਅੱਛਾ। ਜਮਾ ਠੀਕ ਠਾਕ ਹੈ, ਅੱਜ ਫੋਨ ਆਇਆ ਪੁੱਛ ਲੈ ਤੇਰੀ ਭਾਬੀ ਨੂੰ। ਅੱਛਾ। ਅੱਜ ਫੋਨ ਆਇਆ, ਅੱਜ ਫੋਨ ਦੇ ਉੱਤੇ ਅਸੀਂ ਗੱਲਬਾਤ ਕੀਤੀ, ਮਨਿੰਦਰ ਕਹਿੰਦੀ ਬਾਪੂ ਮੇਰੇ ਤੋਂ ਨਾ ਅੱਜ ਦੁੱਧ ਉਬਲ ਗਿਆ, ਮੈਂ ਕਹਿੰਦੀ ਕੰਮ ਜਾ ਕਰੀ ਜਾਂਦੀ ਸੀਗੀ ਤੇ ਮੈਂ ਜਦੋਂ ਮੈਂ ਡਰ ਗਈ, ਕਹਿੰਦੀ ਪਤਾ ਨਹੀਂ ਬੇਬੇ ਕੀ ਬੋਲੂਗੀ, ਤੇ ਕਹਿੰਦੀ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਪੁੱਤ ਵੀ ਚੱਲ ਦੁੱਧ ਹੋ ਗਿਆ ਤਾਂ ਕੋਈ ਗੱਲ ਨਹੀਂ ਆਪਾਂ ਹੋਰ ਤੂੰ ਬਾਲ ਲਾ ਦੁੱਧ। ਅੱਛਾ। ਤੇ ਕਹਿੰਦੀ ਮੈਨੂੰ ਕੁਛ ਨਹੀਂ ਬੋਲੀ, ਕੰਮ ਵੀ ਕਹਿੰਦੀ ਮੇਰੇ ਮੂਰੇ ਮੂਰੇ ਨਾਲ ਲੱਗ ਕੇ ਕਰਵਾ ਦਿੰਦੇ ਆ। ਅੱਛਾ ਵੀ ਬਾਲ ਨਿਕਲ ਗਏ ਥੋੜੇ ਘਣੇ ਸਮਝ, ਪਤਾ ਨਹੀਂ ਹੁਣ ਭਾਈ ਸਰਪੰਚ ਦੇ ਖਿੱਚੇ ਤੋਂ ਨਿਕਲ ਗਏ ਕੀ ਨਿਕਲ ਗਏ, ਕਹੀ ਜਾਂਦਾ ਵੀ ਬਾਲ ਨਿਕਲ ਗਏ ਪਰ ਮੈਨੂੰ ਯਕੀਨ ਨਹੀਂ ਆਉਂਦਾ ਜਿੰਨਾ ਚਿਕਰ ਮੈਂ ਆਪਦੀ ਧੀ ਨੂੰ ਅੱਖੀ ਨਹੀਂ ਦੇਖਦਾ। ਉਹ ਤੁਹਾਡੀ ਤਾਂ ਬੁੜੀਆਂ ਵਾਲੀ ਆਦਤ ਆ, ਤੁਹਾਨੂੰ ਮੈਂ ਦੱਸਾਂ ਗੱਲ। ਨਹੀਂ ਬਾਈ ਮਾਮਾ ਨੂੰ ਡਰ ਹੁੰਦਾ ਹੀ ਆ, ਤੈਨੂੰ ਪਤਾ ਨਹੀਂ ਬੰਦਿਆਂ ਦਾ ਦਿਲ ਹੋਰ ਹੁੰਦਾ, ਬੁੜੀ ਦਾ ਦਿਲ ਹੋਰ ਹੁੰਦਾ। ਇੰਨਾ ਮੇਰੀ ਗੱਲ ਸੁਣੋ, ਸਰਪੰਚ ਸਾਹਿਬ ਆਏ ਵਿੱਚ, ਸਰਪੰਚ ਸਾਹਿਬ ਪਏ ਆ ਸਾਰੇ, ਹੁਣ ਤੂੰ ਵੀ ਉਹਦੇ ਵਿੱਚ ਸੀਗੀ, ਬਾਕੀ ਆਪਣੀ ਕੁੜੀ ਨੇ ਸਾਰੀ ਗੱਲਬਾਤ ਕੀਤੀ। ਉਹ ਤਾਂ ਮੈਂ ਗੱਲ ਸਮਝਦੀ ਆ ਸਾਰੀ, ਮੈਨੂੰ ਵੀ ਪਤਾ ਆਪਣੀ ਕੁੜੀ ਨੇ ਵੀ ਗੱਲ ਕੀਤੀ ਆ, ਮੇਰਾ ਦਿਲ ਰੱਖਣ ਮਾਰੀ ਕਹਿ ਦਿੰਦੀ ਆ। ਮੈਂ ਠੀਕ ਆ, ਜੇ ਹੁਣ ਕੋਈ ਗੱਲਬਾਤ ਹੋਊਗੀ ਦੱਸੂਗੀ ਭਾਈ, ਫਿਰ ਵੀ ਤੁਹਾਡੇ ਨਾਲ ਖੜਾਂਗੇ, ਪਰ ਜੇ ਉਹ ਜਦ ਖਤ ਨਹੀਂ ਆ ਕਰੂਗੀ
ਫੇਰ ਮੈਂ ਇੱਥੋਂ ਤਾਂ ਬੋਲਿਆ ਜਾਊ, ਫਿਰ ਤੁਸੀਂ ਆਏ ਨਾ ਕਿ ਉਹ ਵੀ ਜਾ ਕੇ ਸਾਡੀ ਕੁੜਮਣੀ ਦਾ ਭਾਈ ਹਜਾ ਲਾਤਾ। ਉਹ ਮੈਂ ਤਾਂ ਕੀ ਕਹਿਣਾ ਭਾਈ, ਮੈਂ ਤਾਂ ਆਪ ਕੁੜਮਣੀ ਲਾ ਦੇ ਹਜਾ ਸਮਾਰੀ ਚੰਗਾ। ਸਹੀ ਗੱਲ ਆ, ਫਿਰ ਮੈਨੂੰ ਤੈਨੂੰ ਪਤਾ ਤਾਂ ਹੈਗਾ ਮੇਰੇ ਸੁਭਾਅ ਦਾ, ਜੇ ਕੁਛ ਮੂਹਰੋਂ ਜਦ ਖਤੀ ਕਰੀ ਫਿਰ ਭਾਈ ਮੈਂ ਇੱਥੋਂ ਕੁਛ ਬੋਲਿਆ ਜਾਊਗਾ। ਨਹੀਂ ਨਹੀਂ ਭੈਣੇ, ਤੂੰ ਨੀ ਬੋਲਣਾ ਗਾ, ਆਪਾਂ ਧੀਆਂ ਵਾਲੇ ਆ, ਆਪਾਂ ਨੀ ਬੋਲ ਸਕਦੇ ਗੇ, ਤੈਨੂੰ ਪਤਾ ਹੈ ਨਾਲੇ ਭੈਣੇ, ਤੂੰ ਤਾਂ ਊਈ ਬਲੱਡ ਵਧਾ ਲੈਣੀ, ਜੇ ਕੁਛ ਬੋਲਣ ਵੀ ਲੱਗੇ ਤੂੰ ਚੁੱਪ ਕਰ ਦੀ। ਚੱਲ ਮੇਰੇ ਕਰਕੇ ਭਾਵਾਂ, ਚੱਲ ਕੋਈ ਨੀ, ਜਿਵੇਂ ਤੂੰ ਕਹਿਣੀ ਉਵੇਂ ਸਹੀ ਭਾਈ, ਬਗ ਜੂ ਹੁਣ ਤੁਹਾਡਾ ਮਾਨ ਤਾਨ ਤਾਂ ਮੈਂ ਰੱਖੂੰਗੀ, ਹੁਣ ਜੇ ਉਹਨਾਂ ਕਰਨੀ ਜਾਣੀ ਆ ਤਾਂ ਮੈਂ ਮੱਥੇ ਵੀ ਨਾ ਲਾਵਾਂ ਇਹੋ ਜਿਹੇ ਬੰਦਿਆਂ ਨੂੰ। ਕੋਈ ਗੱਲ ਨੀ, ਇਹਦਾ ਬਿੱਤ ਰੱਖਣ ਦੀ ਮਾਰੀ ਹੋ ਗਈ, ਤੈਨੂੰ ਪਤਾ ਤਾਂ ਇਹਦਾ ਸੁਭਾਅ ਕਿਵੇਂ ਆ। ਇਹ ਤਾਂ ਮੈਨੂੰ ਪਤਾ ਹੀ ਹੈਗਾ, ਜੇ ਨਰਮਾ ਤਾਂ ਹੀ ਤਾਂ ਫਿਰ ਉਹਨਾਂ ਨੇ ਉਹ ਕਰ ਛੱਡਿਆ ਗਾ, ਤਕਾ ਛੱਡਿਆ, ਜੇ ਲੋਕਾਂ ਨੇ ਬੁੜੀਆਂ ਰਹੀ ਹੋਵੇ ਤਾਂ ਮੜ ਕੇ ਸੋਚਣਾ ਪੈਂਦਾ ਆਪਾਂ ਨੂੰ ਤਾਂ, ਹੁਣ ਉਹ ਵੀ ਗਾਹਾਂ ਧੀਆਂ ਦੀ ਮਾਂ ਹੋਊ। ਚੱਲ ਕੋਈ ਨਾ ਫਿਰ, ਬਸ ਆਪਾਂ ਹੁਣ ਤਿਆਰ ਆ, ਚੱਕ ਸਮਾਨ ਬੈਠੀ ਕਰਦੀ ਆ, ਝੋਲਾ ਚੱਕ ਲਿਆ ਨਾਲੇ, ਚੱਕ ਲਿਆ ਡੋਲੀ ਦੁੱਧ ਵਾਲੀ। ਚੱਲ ਫਿਰ ਤੂੰ ਕਰ ਨਾ, ਚਾਹ ਚੂ ਨੀ ਮੈਂ ਪੀਣੀ, ਤੂੰ ਐ ਕਰ ਘਰੇ ਫੋਨ ਕਰ ਦੇ, ਫਿਰ ਕਹਿ ਤਾਂ ਇੱਧਰ ਲੈ ਕੇ ਜਾਂਦੇ, ਮੈਂ ਕਰ ਦਿੰਦਾ, ਆਹੋ ਮੈਂ ਕਰ ਦੇ ਫੋਨ, ਫਿਰ ਜੇ ਹੁਣ ਮੈਂ ਕਰਦੀ ਆ ਫੋਨ ਤਾਂ ਆਖਣਗੇ ਗਾਹਾਂ ਦੀ ਗਾਹਾਂ ਟੱਪ ਗਈ। ਹੁਣ ਖੜ ਜਾ, ਮੈਂ ਉੱਥੇ ਹਰਮਨ ਘਰੇ ਹੋਊਗੀ। ਆਹੋ ਘਰੇ ਹੀ ਐ, ਛੁੱਟੀ ਸੀ ਉਹਨੂੰ ਅੱਜ, ਕੰਮ ਧੰਦਾ ਕਰ ਲੈਣੀ ਆ ਆਪਦਾ ਟਾਈਮ ਨਾਲ। ਯਾਰ ਹਰਮਨ ਪੁੱਤ, ਹਾਂ ਠੀਕ ਐ ਤੂੰ? ਹਾਂ ਚਾਚਾ ਬੋਲਦਾ ਪੁੱਤ, ਤੇ ਉਹ ਭੈਣ ਨੂੰ ਨਾ ਅਸੀਂ ਲੈ ਕੇ ਜਾਂਦੇ ਆ ਨਾਲ ਮਨਿੰਦਰ ਕੋਲੇ। ਹਾਂ 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 ਠੀਕ ਹੈ। ਹਾਂ ਤੂੰ ਨਹੀਂ ਨਹੀਂ ਹੈ ਤਾਂ ਕੋਈ ਗੱਲ ਨੀ, ਐਡੀ ਕੋਈ ਗੱਲ ਨੀ ਹੋਈ, ਵੈਸੇ ਤਾਂ ਉਹ ਫੜਾ ਕੇ ਆਉਣਾ ਗਾ, ਤਾਂ ਕਰਕੇ ਮੈਂ ਚੱਲ ਬਿਸਕਿਟ ਬੁਸਕਿਟ ਫੜਾ ਕੇ ਆਵਾਂਗੇ ਨਾਲੇ ਤਾਂ। ਉਹ ਫਿਰ ਅਸੀਂ ਦੋਨੇ ਜਣੇ ਜਾਂਦੇ ਸੀਗੇ, ਭੈਣ ਆ ਗਈ, ਮੈਂ ਚੱਲ ਨਾਲ ਲੈ ਜਾਂਦਾ ਗਾ, ਤੇ ਮੈਂ ਚੱਲ ਮੈਂ ਹਰਮਨ ਨੂੰ ਮੈਂ ਫੋਨ ਕਰ ਦਿੰਦਾ। ਠੀਕ ਹੈ ਬੇਟਾ, ਠੀਕ ਹੈ ਠੀਕ ਹੈ। ਮੈਨੂੰ ਐ ਕਹਿ ਦਿੰਦੇ ਆ, ਮੈਂ ਕਿਹਾ ਦੱਸਦੀ ਕਿਤੇ ਹੋਰ ਆ, ਜਾਨੀ ਕਿਤੇ ਹੋਰ ਆ, ਹੁਣ ਮੇਰਾ ਪਤਾ ਬਾਈ ਤੈਨੂੰ ਵੀ ਆਹ ਹੁਣ ਸਹੇਲੀਆਂ ਦਾ ਮੇਰੇ ਜਦੋਂ ਫੋਨ ਆਉਂਦਾ ਕਮੇਟੀਆਂ ਦਾ, ਜਵਾਕ ਨੀ ਮੇਰੇ ਰਾਜੀ, ਕਹਿੰਦੇ ਕਿਉਂ ਪਕਾਈ ਕਰਦੀ ਫਿਰਦੀਆਂ ਕੁੜੀ ਆਖੂ, ਜਦੋਂ ਮੈਂ ਸਰਕਾਰੀ ਨੌਕਰੀ ਕਰਦੀ ਆ ਤੇਰਾ ਢਿੱਡ ਨੀ ਭਰਦਾ। ਆਹੀ ਤਾਂ ਗੱਲ, ਹੁਣ ਮੈਨੂੰ ਕਹਿੰਦੀ ਕਹਿੰਦੀ ਜੇ ਕੋਈ ਜ਼ਿਆਦਾ ਤਕਲੀਫ ਕਰਦੇ ਆ ਉਹ, ਤਾਂ ਕਹਿੰਦੀ ਮੈਂ ਨਾਲ ਚੱਲਦੀ ਆ, ਕੱਢ ਕੇ ਆਉਣਾ ਜਲੂਸ ਉਹਨਾਂ ਦਾ। ਉਹਦੇ ਸੁਭਾਅ ਦਾ ਤਾਂ ਬਾਈ ਤੈਨੂੰ ਪਤਾ ਹੀ ਹੈ, ਉਹ ਤਾਂ ਆਈ ਕਰਦੀ ਆ, ਮੈਨੂੰ ਤਾਂ ਕਦੇ ਕਦੇ ਐ ਸੋਚ ਆਉਂਦੀ ਆ ਵੀ ਇਹ ਕੁੜੀ ਮੱਥਾ ਲਵਾਊ ਸਾਡਾ ਸਹੁਰਿਆਂ ਨਾਲ, ਇਹਨੇ ਬੋਲਣੋਂ ਨਹੀਂ ਹਟਣਾ ਤੇ ਅਗਲੇ ਨੇ ਜੁੱਤੀਆਂ ਮਾਰ ਕੇ ਇਹਨੂੰ ਕੱਢ ਦੇਣਾ। ਉਹ ਨਹੀਂ ਨਹੀਂ, ਸਮਾਦੀ ਵਧੀਆ ਇਹੋ ਜਿਹਾ ਜਵਾਕ ਹੋਣਾ ਚਾਹੀਦਾ। ਓਏ ਨੀ ਤੂੰ ਕੀ ਕਰਨ ਲੱਗੀ? ਆ ਗਈ ਹੌਲੀ ਹੌਲੀ ਕੰਮ ਕਰਦੀ ਆ ਜਮਾ। ਲੈ ਮੈਂ ਤਾਂ ਬਿੱਡਾ ਦਾ ਕੀ ਕੰਮ ਸੀ, ਤਿਆਰ ਕਿੱਧਰ ਨੂੰ ਹੋਣੀ ਆ? ਚਲ ਕੋਈ ਗੱਲ ਨਹੀਂ ਭੈਣ, ਚਲੋ ਭਾਈ ਫਿਰ, ਕੋਈ ਨਹੀਂ ਦੁੱਧ ਮੈਂ ਚੱਕ ਲੈਣਾ, ਚਲੋ ਤੁਰੋ, ਚਲ ਆ ਜਾ ਫਿਰ ਚੱਲੀਏ ਟਾਈਮ ਸਰ ਜੀ ਨਾਲ। ਚਲੋ ਚਲੋ, ਉੱਥੇ ਤਾਂ ਬਿਸਕੁਟਾਂ ਦਾ ਟਾਈਮ ਲੱਗਦਾ ਤਾਂ 10 ਮਿੰਟਾਂ ਚ ਕੱਢ ਦੇਣਗੇ। ਹਾਂ ਹਾਂ, ਉੱਥੇ ਅੱਡੇ ਦੇ ਕੋਲ ਹੀ ਬੱਸਾਂ ਜਾਂਦੀਆਂ ਨੇ, ਕਿਹੜਾ ਟਾਈਮ ਲੱਗਣਾ। ਕੁੜੇ ਅੱਡ ਬੱਟਾ ਤਾਂ ਬਦਲ ਲੈਂਦੀ। ਓਹੋ, ਮੇਰੇ ਤੇ ਚੱਲ ਪਈ ਸੁਰਤੀ ਪਈ ਆ, ਮੇਰੇ ਕਿੱਥੇ ਧਿਆਨ ਰਹਿੰਦਾ। ਲੈ ਭੱਜੀ ਚੱਲ ਕੇਰਾ, 2 ਮਿੰਟ ਖੜ ਜਾ। ਓਹੋ ਕੀ ਖੜ ਜੋ, ਇਹਦੇ ਆਹੀ ਕੰਮ ਅੱਧਾ ਵਿਚਾਲੇ। ਹਾਂ ਹੀ ਕਰਦੀ ਐ, ਕੁਛ ਤਾਂ ਹੈ ਹੀ ਸੁਰਲੀ ਇਹ। ਓਹੀ ਤਾਂ ਗੱਲ, ਹੌਲੀ 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 ਕਰਕੇ ਕੰਮ ਨੂੰ ਨਾ ਆਈ ਕਿੰਨਾ ਹੋਣਾ ਉਹ ਗੱਲ, ਅੱਧਾ ਘੰਟਾ ਫੇਰ ਲੱਗ ਜੀ, ਬਸ ਲੰਘੀ ਤਾਂ ਫੇਰ। ਤੂੰ ਮੈਨੂੰ ਫੋਨ ਤੜਕੇ ਕਰਨਾ ਸੀਗਾ ਜੇ ਤੁਹਾਡੀ ਰਾਏ ਸੀ ਤਾਂ। ਤੜਕੇ ਰਾਏ ਹੈ ਨਹੀਂ ਸੀ ਪਹਿਲਾਂ, ਉਹ ਰਾਏ ਹੀ ਸਾਡੀ ਹੁਣ ਬਣੀ ਆ, ਅਸੀਂ ਆਖਿਆ ਚਲ ਆ ਵੀ ਕੰਮ ਕਰੀ ਆਈ ਕੇ। ਓਏ ਆ ਜਾ ਹੁਣ ਛੇਤੀ। ਆ ਗਈ। ਓਹੋ, ਤੇ ਹੋਰ ਦੱਸ ਹੁਣ ਉੱਥੇ ਬਸ ਲੰਘੀ ਫੇਰ ਕੀ ਕਰੇਂਗੇ? ਮੁੜਨਾ ਵੀ ਆ ਭਾਈ, ਫੇਰ ਆਪਾਂ ਕਿਹੜਾ ਰਾਤ ਲਾਉਣੀ ਆ ਉੱਥੇ, ਪਰ ਆਇਆ ਰਗਮ ਦੋਨੀ ਆ ਪਤਾ ਤਾਂ ਹੈ ਨਹੀਂ ਤੈਨੂੰ ਵੀ, ਬਸ ਨਿਕਲ ਗਈ ਫੇਰ ਅਸੋ ਤੇ ਕੀ ਕਰੇਂਗੇ ਬੈਠੀ ਰਹੀ ਗਰਮੀ ਦੇ ਵਿੱਚ ਮੂੰਹ ਚ। ਚਲੋ ਚਲੋ ਕਰ ਤੇ, ਜਿਵੇਂ ਫਿਰਦੀਆਂ ਠੀਕ ਆ, ਬਾਹਰ ਅੰਦਰ ਤਾਂ ਫਿਰ ਲੀੜਾ ਕੱਪੜਾ ਚੱਜ ਦਾ ਹੀ ਚਾਹੀਦਾ। ਉਹ ਯਾਰ ਪੁਲਿਸ ਰਿਪੋਰਟ ਕਰੀ ਤਾਂ ਹੋਈ, ਹੁਣ ਕੇਸ ਕਰੀ ਤਾਂ ਬੈਠੇ ਆ। ਹੈ ਆਪਾਂ ਜਦੋਂ ਪਤਾ ਵੀ ਸੱਟਾ ਕਾਸ਼ ਨਹੀਂ ਮਰਵਾਈਆਂ ਨੇ ਕਿਸੇ ਤੋਂ, ਫਿਰ ਤੁਸੀਂ ਕਿਉਂ ਨਹੀਂ ਗਏ ਪੁਲਿਸ ਕੋਲ?
ਉਹ ਚੱਲ ਕੋਈ ਨੀ, ਫਿਰ ਕੀ ਹੋ ਗਿਆ, ਜਿੰਨਾ ਕੁ ਉਹਦੇ ਕੋਲ ਦਿਮਾਗ ਸੀ ਉਹਨੇ ਵਰਤ ਲਿਆ ਹੈ। ਨਾਲੇ ਆਪਾਂ ਕਿਸ ਜ਼ਮੀਨ ਦਾ ਲਾਈ ਬੈਠਿਆ, ਆਹਾਂ ਨੀ ਲਾਈ ਬੈਠੀ ਵੀ ਸੱਟਾ ਮਾਰ ਗਿਆ ਸੀ। ਉਹ ਚੱਲ ਕੋਈ ਨੀ, ਮੈਨੂੰ ਤਾਂ ਐ ਸੀ ਕੱਲਾ ਢਿੱਡੀ ਮੋਟਾ, ਮੈਨੂੰ ਐ ਨੀ ਪਤਾ ਵੀ ਦਿਮਾਗ ਵੀ ਮੋਟਾ ਉਹਦਾ ਇਹ ਹਰਕਤ ਕਰੂਗਾ। ਜੋ ਪਤਾ ਉਹ ਬੇਵਕੂਫ ਹੈ, ਉਹ ਸਮਝ ਨਹੀਂ ਉਹਨੂੰ ਕੋਈ ਵੀ ਗੱਲ ਦੀ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਣਾ ਕੇਸ ਵਾਪਸ ਲੈ ਲਓ, ਪਰ ਤੁਸੀਂ ਤਾਂ ਸੁਣਦੇ ਹੀ ਨਹੀਂਗੇ, ਤੁਹਾਨੂੰ ਤਾਂ ਉਹਦੇ ਭਰਾ ਦਾ ਮੋਹ ਆਉਂਦਾ। ਉਹ ਯਾਰ ਨਹੀਂ ਆਉਂਦਾ ਭਰਾ ਦਾ ਮੋਹ, ਜੇ ਮੋਹ ਆਉਂਦਾ ਹੁੰਦਾ ਫਿਰ ਮੈਂ ਕੇਸ ਕਿਉਂ ਕਰਦਾ ਹੈ। ਨਾਲੇ ਕੋਈ ਨੀ, ਆ ਨਿੱਕੀਆਂ ਨਿੱਕੀਆਂ ਹਰਕਤਾਂ ਕਰਕੇ ਐ ਥੋੜਾ ਹੀ ਆ ਵੀ ਮੈਨੂੰ ਦਬਾ ਲੂਗਾ ਉਹ। ਹਾਲ ਤਾਂ ਦੇਖ ਲਓ ਕੀ ਕਰਤਾ ਤੁਹਾਡਾ। ਉਹ ਚੱਲ ਕੋਈ ਨੀ, ਗਰਾਉ ਚੱਕਰੀ ਹੁੰਦਾ ਇਹ, ਐਡੀ ਕੀ ਗੱਲ ਆ ਹੈ। ਉਹਦਾ ਦਿਮਾਗ ਸੀ ਉਹਨੇ ਵਰਤ ਲਿਆ, ਉਹਨੂੰ ਆਏ ਆ ਵੀ ਮੈਂ ਹੀ ਡਰਾ ਲੂੰਗਾ ਤੇ ਪਿੱਛੇ ਹਟ ਜੂਗਾ। ਨਾਲੇ ਮੇਰੀ ਗੱਲ ਸੁਣ ਲਾ, ਆ ਗੱਲ ਨਾ ਮੇਰੇ ਕੋਲੇ ਵਾਰੀ ਵਾਰੀ ਨਾ ਕਰਿਆ ਕਰ ਵੀ ਕੇਸ ਵਾਪਸ ਲੈ ਲਓ, ਠੀਕ ਆ। ਆ ਹੁਣ ਤੱਕ ਮੈਨੂੰ ਕੀ ਮਿਲ ਗਿਆ, ਮੈਂ ਇਹੀ ਸੋਚਦਾ ਰਿਹਾ ਵੀ ਚੱਲ ਕੋਈ ਨੀ ਯਾਰ ਆਪਦੇ ਆ ਆਪਦੇ ਆ, ਪਰ ਉਹ ਵੇਖ ਲਾ ਆ ਹਰਕਤਾਂ ਦਾ ਦੇਖ ਕਰਦੇ, ਉਹ ਆਪ ਨਹੀਂ ਸੋਚਦੇ ਵੀ ਤੁਸੀਂ ਉਹਨਾਂ ਦੇ ਹੋ। ਉਹ ਫੇਰ ਹੁਣ ਤੁਸੀਂ ਤਾਂ ਬਹਿ ਕੇ ਸੱਟਾਂ ਖਾ ਕੇ ਬਸ ਕੰਮ ਤਾਰ ਹੀ ਹੋ ਗਏ। ਉਹ ਯਾਰ ਕੋਈ ਨੀ, ਮਹੀਨਾ ਦੋ ਮਹੀਨੇ ਆਰਾਮ ਕਰ ਲਾਂਗੇ, ਆਪੇ ਠੀਕ ਹੋ ਜਾਊਗਾ, ਠੀਕ ਆ। ਬਾਕੀ ਆਪਦਾ ਹੱਕ ਤਾਂ ਨਾ ਮੈਂ ਲੈ ਕੇ ਰਹੂੰਗਾ, ਸਬਕ ਤਾਂ ਸਿਖਾ ਕੇ ਛੱਡੂੰਗਾ ਉਹਨੂੰ, ਜਿਹੜੀ ਉਹਨੇ ਹਰਕਤ ਕਰੀ ਹੈ ਨਾ ਇਹ ਨਹੀਂ ਬਖਸ਼ਦਾ ਮੈਂ, ਉਹ ਤਾਂ ਭਾਵੇਂ ਮੈਂ ਪਿੱਛੇ ਹਟੀ ਜਾਂਦਾ। ਕਾਹਦਾ ਹੱਕ ਕੀ ਕਰਨਾ ਆਪਾਂ। ਉਹ ਯਾਰ ਅੱਛਾ ਆਪਾਂ ਕੁਛ ਨਹੀਂ ਕਰਨਾ, ਆਪਣੀ ਜ਼ਿੰਦਗੀ ਨਹੀਂ ਹੈਗੀ ਹੈ, ਆਪਣੀ ਜ਼ਮੀਨ ਤੇ ਆਪਣੇ ਪੈਸੇ ਤੇ ਉਹ ਤਾਂ ਐਸ਼ ਆਰਾਮ ਕਰਦੇ ਫਿਰਦੇ ਆ ਹੈ, ਆਪਾਂ ਦੇਖ ਲਾ ਆ ਭੁੱਖੇ ਮਰਦੇ ਫਿਰਦੇ ਆ। ਤੁਸੀਂ ਆਦੀ ਜਾਨ ਗਵਾ ਲਓਗੇ। ਕੋਈ ਨੀ, ਮੈਨੂੰ ਆਦੀ ਜਾਨ ਦੀ ਪਰਵਾਹ ਨਹੀਂ ਹੈਗੀ, ਠੀਕ ਆ, ਪਰ ਜਿਹੜੀ ਮੇਰੀ ਅਣਖ ਆ ਉਹ ਤੋਂ ਨਹੀਂ ਮੈਂ ਪਿੱਛੇ ਹਟ ਸਕਦਾ। ਤੁਹਾਨੂੰ ਤਾਂ ਪਰਵਾਹ ਹੈ ਨਹੀਂ, ਮੈਨੂੰ ਤਾਂ ਹੈਗੀ ਆ ਗੱਲਾਂ ਦੀ। ਯਾਰ ਤੂੰ ਰੋਜ਼ ਹੀ ਇੱਕ ਹੀ ਗੱਲ ਲੈ ਕੇ ਬਹਿ ਜਾਂਦੀ ਆ, ਕਿਉਂ ਵਾਰੀ ਵਾਰੀ ਐਵੇਂ ਸੰਸਾ ਕਰਦੀ ਆ ਤੂੰ ਇਹ ਗੱਲ ਦਾ? ਸੰਸਾ ਹੋਰ ਕੌਣ ਕਰੂ, ਮੈਂ ਨਾ ਕਰੂੰਗੀ, ਉਹਦੇ ਕੋਲ ਤਾਂ ਪੈਸਾ ਗੁੰਡੇ ਬਥੇਰੇ ਨੇ, ਹੁਣ ਭੇਜ ਦੂ ਕਿਸੇ ਨੂੰ। ਅੱਛਾ ਜੇ ਉਹਦੇ ਕੋਲੇ ਗੁੰਡੇ ਆ, ਐਂ ਤਾਂ ਨਹੀਂ ਵੀ ਉਹ ਮਾਰ ਦੂਗਾ ਮੈਨੂੰ, ਉਹਦਾ ਵੀ ਪਰਿਵਾਰ ਆ, ਮੈਨੂੰ ਮਾਰ ਤੋਂ ਪਹਿਲਾਂ ਉਹਨੂੰ ਆਪ ਮਰਨਾ ਪਊਗਾ। ਇਹ ਤਾਂ ਉਹ ਡਰਾਵੇ ਮਾਰਦਾ, ਠੀਕ ਆ, ਮਗਰ ਬੰਦੇ ਲਾ ਦਿੰਦਾ, ਇਹ ਸਭ ਉਹ ਹਰਕਤਾਂ ਐ ਕਰਦਾ ਵੀ ਇਹ ਡਰ ਜੇ, ਜੇ ਆਪਾਂ ਆਪਦਾ ਕੇਸ ਵਾਪਸ ਲੈਨੇ ਉਹ ਐ ਸਮਝੂਗਾ ਵੀ ਮੈਂ ਡਰਾ ਤਾ ਇਹਨਾਂ ਨੂੰ। ਯਾਰ ਮਾਰਨ ਹੀ ਆਇਆ ਸੀਗਾ ਉਹ, ਇੱਕ ਹਿਸਾਬ ਨਾਲ ਤਾਂ ਉਹ ਤਾਂ ਤੁਹਾਡੀ ਕਿਸਮਤ ਚੰਗੀ ਸੀ, ਬਚ ਗਏ। ਬਚ ਤਾਂ ਗਏ ਨਾ, ਰੱਬ ਤਾਂ ਆਪਣੇ ਨਾਲ ਆ, ਇਹਦੇ ਉੱਤੇ ਹੁਣ ਦੱਸ ਫਿਰ ਹੋਰ ਕੀ ਹੋਊਗਾ। ਤੁਸੀਂ ਤਾਂ ਗੱਲ ਨਹੀਂ ਸੁਣਦੇ ਮੇਰੀ। ਉਹ ਯਾਰ ਮੈਂ ਤਾਂ ਮਥੀ ਵੀ ਆ, ਠੀਕ ਆ, ਵੀ ਮੈਂ ਤਾਂ ਉਹਨਾਂ ਨੂੰ ਸਬਕ ਸਿਖਾ ਕੇ ਰਹਿਣਾ, ਜਿੰਨੀ ਉਹਨਾਂ ਨੇ ਮੇਰੀ ਬੇਇੱਜ਼ਤੀ ਘਰੇ ਗਏ ਦੀ ਕਰੀ ਸੀ ਨਾ, ਉਦੋਂ ਦੁੱਗਣੀ ਉਹਨਾਂ ਦੀ ਮੈਂ ਕਰਕੇ ਹਟੂੰਗਾ, ਨਾਲੇ ਉਹਨਾਂ ਨੂੰ ਇਹ ਅਹਿਸਾਸ ਹੋ ਜਾਊਗਾ ਵੀ ਅਸੀਂ ਕਿਹਦਾ ਦਿੱਤਾ ਖਾਂਦੇ ਸੀ। ਤੁਸੀਂ ਮੈਨੂੰ ਐਂ ਦੱਸੋ ਕੀ ਕਰਨਾ ਜ਼ਮੀਨ ਤੋਂ, ਜੇ ਤੁਹਾਨੂੰ ਕੁਝ ਹੋ ਗਿਆ ਫਿਰ ਤੇ ਮੈਂ ਕੀ ਕਰੂੰਗੀ ਇਕੱਲੀ। ਉਹ ਜਰਾ ਐ ਕੀ ਹੋ ਜਾਊਗਾ, ਅੱਜ ਤੱਕ ਤਾਂ ਕੁਝ ਹੋਇਆ ਨਹੀਂ ਹੈ, ਇੰਨੀ ਪਹੁੰਚ ਹੈ ਨਹੀਂ ਉਹਨਾਂ ਦੀ, ਠੀਕ ਆ, ਉੱਤੋਂ ਉੱਤੋਂ ਡਰਾਵੇ ਮਾਰਨ ਵਾਲੇ ਆ। ਕਿਹੜਾ ਉੱਪਰੋਂ ਉੱਪਰੋਂ ਯਾਰ, ਜਦੋਂ ਬੰਦੇ ਭੇਜ ਸਕਦਾ ਤਾਂ ਕੁਝ ਵੀ ਕਰ ਸਕਦਾ। ਤੇ ਫਿਰ ਬੰਦਿਆਂ ਨੇ ਕਰ ਕੀ ਦਿੱਤਾ ਮੈਨੂੰ, ਐਂ ਤਾਂ ਦੱਸ ਦੇ, ਇਹ ਤਾਂ ਜੇ ਮੈਂ ਉਹ ਵੀ ਮੋਟਰਸਾਈਕਲ ਤੋਂ ਡਿੱਗ ਪੈਂਦਾ ਸੱਟਾਂ ਤਾਂ ਉਹ ਵੀ ਵੱਜ ਜਾਂਦੀਆਂ। ਇੰਨੀਆਂ ਤਾਂ ਨਹੀਂ ਵੱਜਣੀਆਂ ਸੀ ਮੋਟਰਸਾਈਕਲ ਤੋਂ, ਲੱਤ ਤੋਂ ਤੁਰਿਆ ਤਾਂ ਜਾਂਦਾ ਨਹੀਂ ਤੁਹਾਡੇ ਤੋਂ, ਕੀ ਪਤਾ ਕਦੋਂ ਠੀਕ ਹੋਵੋਗੇ ਕਦੋਂ ਨਹੀਂ। ਚੱਲ ਫਿਰ ਹੁਣ ਜਦੋਂ ਵੱਜ ਹੀ ਗਈਆਂ ਹੁਣ ਕੋਈ ਫਾਇਦਾ ਹੈਗਾ ਕਲਪਨਾ ਕਰੇ ਦਾ, ਹੈਗਾ ਕੋਈ ਫਾਇਦਾ? ਨਾਲੇ ਆਪਾਂ ਕਿਹੜਾ ਉਹਨਾਂ ਨਾਲ ਕੋਈ ਲੜਦੇ ਆ, ਆਪਾਂ ਤਾਂ ਕਾਗਜ਼ੀ ਕਾਰਵਾਈ ਕਰੀਏ, ਆਪਾਂ ਤਾਂ ਕਾਨੂੰਨ ਨਾਲ ਲੜਦੇ ਆ। ਉਹ ਤਾਂ ਨਹੀਂ ਲੜਦਾ, ਉਹ ਤਾਂ ਬੰਦੇ ਭੇਜ ਭੇਜ ਕੇ ਲੜਦਾ। ਫਿਰ ਹੁਣ ਤੂੰ ਦੱਸ ਵੀ ਕੀ ਆ, ਕੀ ਚਾਹੁੰਦੀ ਕੀ ਆ ਤੂੰ? ਬਸ ਆਪਣਾ ਕੇਸ ਵਾਪਸ ਲੈ ਲਓ। ਪਰ ਨਹੀਂ ਯਾਰ, ਕੇਸ ਕੂਸ ਤਾਂ ਨਹੀਂ ਮੈਂ ਵਾਪਸ ਲੈਂਦਾ, ਠੀਕ ਆ, ਰਾਜੀ ਰਹਿ ਗੁੱਸੇ ਰਹਿ, ਨਾਲੇ ਆ ਗੱਲ ਮੇਰੇ ਕੋਲੇ ਦੁਬਾਰੇ ਨਾ ਕਰੀ ਕੇਸ ਵਾਲੀ। ਮੈਂ ਤਾਂ ਐਵੇਂ ਕੁੱਤੀ ਭੌਂਕੀਏ ਨੇ, ਤੁਸੀਂ ਤਾਂ ਮੇਰੀ ਕੋਈ ਗੱਲ ਨਹੀਂ ਸੁਣਦੇ। ਪਤਾ ਗੱਲ ਕੀ ਆ, ਤੁਹਾਨੂੰ ਤਾਂ ਉਹਦੇ ਭਰਾ ਦਾ ਪਿਆਰ ਆਉਂਦਾ, ਇੱਕ ਨਾ ਇੱਕ ਦਿਨ ਤੁਹਾਨੂੰ ਮਾਰੂਗਾ, ਦੇਖੀ ਜਾਈਏ ਤੇ ਇੱਥੇ ਮੈਂ ਰੁਲਦੀ ਰਹਿ ਜਾਊਂ ਇਕੱਲੀ, ਰੋਈ ਜਾਊਂਗੀ ਬੈਠੀ। ਉਹ ਯਾਰ ਮੇਰੀ ਗੱਲ ਸੁਣ ਹਰਪ੍ਰੀਤ, ਐ ਨਹੀਂ ਹੁੰਦਾ ਹੁੰਦਾ, ਠੀਕ ਆ, ਉਹਦੇ ਵੀ ਜਵਾਕ ਜੱਲੇ ਆ, ਐ ਕਿਵੇਂ ਮਾਰ ਦੂ ਯਾਰ ਮੈਨੂੰ ਉਹ। ਚੱਲ ਠੀਕ ਆ, ਉਹਨੂੰ ਗੁੱਸਾ ਆਇਆ ਹੋਊਗਾ ਮੈਂ ਸਮਝਦਾ, ਠੀਕ ਆ, ਜੇ ਉਹਨੂੰ ਗੁੱਸਾ ਆਇਆ ਮੈਂ ਉਹਨਾਂ ਤੇ ਕੇਸ ਕਰਿਆ, ਠੀਕ ਆ, ਪਰ ਜੇ ਉਹ ਮੇਰੇ ਨਾਲ ਬਹਿ ਕੇ ਗੱਲ ਕਰਦੇ, ਨਾ ਮੇਰੀ ਬੇਇੱਜ਼ਤੀ ਕਰਦੇ, ਮੈਂ ਅੱਜ ਤੱਕ ਵਾਰ ਨਹੀਂ ਕਰਿਆ ਸੀ, ਪਹਿਲਾਂ ਵਾਰ ਮੈਂ ਨਹੀਂ ਕਰਿਆ ਉਹਨਾਂ ਤੇ। ਇਹੀ ਗੱਲ ਹੈ, ਚੱਲ ਗੁੱਸਾ ਆਇਆ ਸੀ, ਇੱਥੇ ਆ ਕੇ ਗੱਲ ਕਰ ਲੈਂਦੇ ਆਪਾਂ, ਨਾਲ ਬਹਿ ਕੇ ਕਰ ਲੈਂਦੇ ਆਪਾਂ, ਜੇ ਕੇਸ ਵਾਪਸ ਦਾ ਕਹਿੰਦੇ ਸੀ ਆਪਾਂ ਕਰ ਖੁਸ਼ੀ ਖੁਸ਼ੀ ਵਾਪਸ ਕਰ ਲੈਂਦੇ ਕੇਸ। ਉਹ ਫਿਰ ਉਹਨਾਂ ਨੇ ਵਾਰ ਕਰਿਆ, ਮੈਂ ਤਾਂ ਨਹੀਂ ਕਰਿਆ, ਠੀਕ ਆ, ਪਰ ਜੇ ਹੁਣ ਉਹਨਾਂ ਨੂੰ ਸਬਕ ਨਾ ਸਿਖਾਇਆ ਫਿਰ ਉਹ ਇਸ ਤੋਂ ਬਾਅਦ ਵੀ ਵਾਰ ਕਰਨਗੇ ਆਪਣੇ ਤੇ। ਕੀ ਸਬਕ ਸਿਖਾਓਗੇ? ਉਹ ਯਾਰ ਜਦੋਂ ਉਹਨਾਂ ਨੂੰ ਸਾਰਾ ਕੁਝ ਜਾਂਦਾ ਤੇ ਸੀ, ਆਪੇ ਹੀ ਅਕਲ ਆ ਜੂ ਉਹਨਾਂ ਨੂੰ,
ਜੇ ਨਾ ਨੀਵੇਂ ਹੋ ਕੇ ਇੱਥੇ ਆਉਣ ਤਾਂ ਤੂੰ ਮੈਨੂੰ ਕਹਿ ਦੀ ਕਿਹੜੀ ਅਕਲ ਆਉਣੀ ਉਹਨਾਂ ਨੂੰ ਕੋਈ ਅਕਲ ਉਕਲ ਨਹੀਂ ਆਉਂਦੀ ਉਹ ਇੱਕ ਨਾ ਇੱਕ ਦਿਨ ਪੈਸੇ ਦਾ ਘਮੰਡ ਬੰਦੇ ਦਾ ਟੁੱਟਦਾ ਹੀ ਹੁੰਦਾ ਠੀਕ ਆ ਪੈਸਾ ਹਰ ਚੀਜ਼ ਨਹੀਂ ਹੁੰਦੀ ਵੀ ਉਹਨਾਂ ਕੋਲੇ ਪੈਸਾ ਤਾਂ ਉਹ ਵੀ ਮੰਨ ਲਾ ਵੀ ਕਿਸੇ ਤੋਂ ਦੱਬਦੇ ਹੀ ਨਹੀਂ ਠੀਕ ਆ ਸਿਰ ਦਾ ਸਦਾ ਸਿਰ ਪਿਆ ਹੀ ਹੁੰਦਾ ਮੈਂ ਐਂ ਚੁੱਪ ਸੀ ਵੀ ਯਾਰ ਜਦੋਂ ਮੇਰੀ ਮਾਂ ਨਹੀਂ ਰਹੀ ਮੇਰਾ ਪਿਓ ਨਹੀਂ ਰਿਹਾ ਠੀਕ ਆ ਮੈਂ ਕੀ ਕਰਨੀ ਆ ਉਹ ਜ਼ਮੀਨ ਜਾਇਦਾਦ ਜਿਹਦੇ ਪਿੱਛੇ ਮੇਰਾ ਮਾਂ ਪਿਓ ਮਰ ਗਿਆ ਮੈਂ ਤਾਂ ਐਂ ਮਨ 'ਚ ਇੱਕ ਆਪਦਾ ਵੀ ਚੁੱਪ ਬੱਟੀ ਬੈਠਾ ਸੀ ਵੀ ਚੱਲ ਯਾਰ ਛੱਡ ਕੋਈ ਨਹੀਂ ਜੇ ਉਹ ਖਾਈ ਜਾਂਦੇ ਆ ਵਰਤੀ ਜਾਂਦੇ ਆ ਚੱਲ ਕੋਈ ਨਹੀਂ ਇਹ ਵੀ ਆਪਦੇ ਆ ਠੀਕ ਆ ਤੁਸੀਂ ਤਾਂ ਇਹ ਕੁਝ ਸੋਚ ਕੇ ਛੱਡਿਆ ਸੀ ਨਾ ਸਾਰਾ ਕੁਝ ਪਰ ਉਹਨਾਂ ਨੇ ਤਾਂ ਨਹੀਂ ਸੋਚਿਆ ਵੀ ਮੇਰਾ ਭਰਾ ਸਾਰਾ ਕੁਝ ਛੱਡ ਕੇ ਗਿਆ ਤੇ ਫਿਰ ਉਹਨਾਂ ਨੇ ਬੇਇੱਜ਼ਤੀ ਤਾਂ ਕਰੀ ਆ ਮੇਰੀ ਕਹੇ ਦੀ ਮੈਂ ਤਾਂ ਉਹਦੀ ਬੇਇੱਜ਼ਤੀ ਦਾ ਬਦਲਾ ਲੈਣਾ ਮੈਂ ਕਿਹੜਾ ਉਹਨੂੰ ਐਂ ਕਿਹੜਾ ਮੈਂ ਜ਼ਮੀਨ ਵਾਪਸ ਲੈਣੀ ਆ ਉਹਨਾਂ ਨੂੰ ਸਬਕ ਸਿਖਾਉਂਦੇ ਮੇਰੇ ਨਹੀਂ ਕੇਸ ਕਰਿਆ ਮੈਂ ਉਹਨਾਂ ਨੂੰ ਪਤਾ ਤਾਂ ਲੱਗ ਜੂ ਵੀ ਹੱਕਦਾਰ ਕੌਣ ਆ ਸੀ ਕਿੰਨੇ ਕੁ ਪਾਣੀ 'ਚ ਹੈਗੇ ਆ ਕਿੰਨੇ ਕੁ ਨਹੀਂ ਹੈਗੇ ਚੱਲ ਚੰਗਾ ਕਰੀ ਜਾਓ ਆਪਦੀਆਂ ਮਰਜ਼ੀਆਂ ਚੱਲ ਕੋਈ ਨੀ ਤੂੰ ਐਵੇਂ ਘਬਰਾਇਆ ਨਾ ਕਰ ਠੀਕ ਆ ਜਾਏ ਕਰ ਰੋਟੀ ਲਿਆ ਬਣਾ ਕੇ ਆਪਾਂ ਇਕੱਠੇ ਬਹਿ ਕੇ ਖਾਂਦੇ ਆ ਠੀਕ ਆ ਐਵੇਂ ਨਾ ਸਾਂਸਾ ਕਰਿਆ ਕਰ ਰੋਟੀ ਤਾਂ ਮੈਂ ਲੈ ਆਉਣੀ ਆ ਮੈਂ ਤਾਂ ਹੋਰ ਫਿਕਰ ਜੀ ਲੱਗੀ ਰਹਿੰਦੀ ਆ ਸਾਰਾ ਦਿਨ ਉਹ ਸਾਰਾ ਦਿਨ ਆਹੀ ਸੋਚਦੀ ਰਹਿੰਦੀ ਆ ਤਾਂ ਉਹਦਾ ਕਲਪਨਾ ਕਰਦੀ ਰਹਿੰਦੀ ਆ ਗੱਲ ਨੂੰ ਦਿਮਾਗ ਤੋਂ ਲਾ ਦਿਆ ਕਰ ਬਹੁਤ ਜ਼ਿਆਦਾ ਗਰਮੀ ਆ ਭਾਈ ਗਰਮੀ ਹੋਈ ਵਾਲੀ ਪਈ ਆ ਹੋਰ ਪਤਾ ਨਹੀਂ ਆਪਾਂ ਦਵਾਈਆਂ ਬੂਟੀਆਂ ਖਾਈ ਜਾਂਦੇ ਆ ਫਿਰਦੀ ਹੱਥ ਜੇ ਮਾਰਦੀ ਪਾਣੀ ਚ ਬਾਪੂ ਇਹ ਕਿਵੇਂ ਆ ਗਿਆ ਭਰਾ ਜੀ ਆਏ ਨੇ ਸਤਿ ਸ੍ਰੀ ਅਕਾਲ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਆਜੋ ਮੈਂ ਕਹਿੰਦੀ ਆਪਾਂ ਅੰਦਰ ਏਸੀ ਵਾਲੇ ਕਮਰੇ ਚ ਬੈਠਦੇ ਆ ਨਹੀਂ ਨਹੀਂ ਭੈਣ ਜੀ ਕੋਈ ਗੱਲ ਨਹੀਂ ਕਿਸੇ ਗੱਲ ਦੀ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਆ ਮੰਜਾ ਤੁਸੀਂ ਇੱਥੇ ਡਾਲੋ ਸੋਹਣੀ ਹਵਾ ਚੱਲਦੀ ਮੈਂ ਡਾਉਣੀ ਆ ਮਨਿੰਦਰ ਪਾਣੀ ਲੈ ਕੇ ਆ ਸੀਤੀ ਬੈਠੋ ਭਰਾ ਜੀ ਇੱਧਰ ਡਾਲਾ ਪੁੱਤ ਇੱਧਰ ਲਿਆ ਇੱਧਰ ਲਿਆ ਹੋਰ ਕੀ ਆ ਹਾਂ ਮੰਜੇ ਨੂੰ ਵੀ ਰਾਜੇ ਖਿੱਚ ਲਓ ਇੱਧਰ ਆ ਜਾਓ ਬਹਿ ਜਾ ਭੈਣ ਜੀ ਭੈਣੇ ਤੂੰ ਵੀ ਇੱਧਰ ਬਹਿ ਜਾਂਦੇ ਚੱਲ ਇੱਧਰ ਬੈਠ ਜਾਣਗੇ ਅਮਨਿੰਦਰ ਆਹ ਪੁੱਤ ਐਂ ਕਰ ਆਹ ਤਾਂ ਹੈਗਾ ਇਹਦੇ ਚ ਕੇਲੇ ਫਲੀਆਂ ਹੈ ਤੇ ਬਿਸਕੁਟ ਲੈ ਮਹਿੰਦਰ ਪਾਣੀ ਲੈ ਕੇ ਆ ਪੁੱਤ ਛੇਤੀ ਹਾਂਜੀ ਠੀਕ ਹੈ ਸਭ ਠੀਕ ਹੈ ਤੁਸੀਂ ਦੱਸੋ ਭਰਾ ਜੀ ਕੀ ਹਾਲ ਹੈ ਜਮਾ ਠੀਕ ਹੈ ਜੀ ਬਸ ਸਾਰੇ ਵਧੀਆ ਨੇ ਜੀ ਹੋਰ ਤੁਸੀਂ ਦੱਸੋ ਠੀਕ ਠਾਕ ਹੋ ਭੈਣ ਜੀ ਹੁਣ ਤਾਂ ਮੈਨੂੰ ਠੀਕ ਠਾਕ ਹੀ ਲੱਗਦੇ ਹੋ ਤੁਸੀਂ ਉਹ ਮੈਂ ਕਿਹਾ ਦਿਨ ਵਾਹਵਾ ਹੋ ਗਏ ਸੀਗੇ ਚਲੋ ਸੌਣ ਦਾ ਸੁਧਾਰਾ ਦੇ ਆਉਣੇ ਆ ਨਾਲੇ ਤੇ ਕੁੜੀ ਨੂੰ ਨਾਲੇ ਚਲੋ ਭੈਣ ਜੀ ਦਾ ਪਤਾ ਲੈ ਆਉਣੇ ਆ ਤੇ ਨਾਲੇ ਉਹ ਮੈਂ ਸੁਣਿਆ ਸੀ ਕਹਿੰਦੇ ਬੁਲਬੁਲ ਦੀ ਮਾਂ ਬਿਮਾਰ ਹੋ ਗਈ ਸੀ ਕੀ ਗੱਲ ਹੋ ਗਈ ਭਲਾ ਦੀ ਪਤਾ ਨਹੀਂ ਉਹ ਅਚਾਨਕ ਹੀ ਬਿਮਾਰ ਹੋ ਗਈ ਤੇ ਉਹ ਗਈ ਹੋਈ ਹੈ ਚਲੋ ਵਧੀਆ ਕੀਤਾ ਤੁਸੀਂ ਮਿਲਣ ਆ ਗਏ ਪਰ ਇੰਨੀ ਖੇਚਲ ਕਾਹਤੋਂ ਕਰਨੀ ਸੀ ਉਹ ਖੇਚਲ ਦੀ ਕਿਹੜੀ ਗੱਲ ਆ ਭੈਣ ਜੀ ਧੀਆਂ ਪੁੱਤਾਂ ਨੂੰ ਤਾਂ ਇਹ ਚੀਜ਼ਾਂ ਦੇ ਦੀਆਂ ਹੀ ਹੁੰਦੀਆਂ ਨੇ ਨਾਲੇ ਫਿਰ ਤਿੱਥ ਤਿਹਾਰ ਤੇ ਤਾਂ ਆਉਣਾ ਹੁੰਦਾ ਆਪਾਂ ਮਾਂ ਪਿਓ ਦਾ ਫਰਜ਼ ਬਣਦਾ ਭਾਈ ਵਿਆਹ ਤਿਹਾਰ ਤੇ ਖੜਨਦਾ ਚਲੋ ਬਹਾਨੇ ਨਾਲ ਆ ਗਈ ਤੁਸੀਂ ਮਨਿੰਦਰ ਪੁੱਤ ਛੇਤੀ ਲੈ ਕੇ ਆ ਪਾਣੀ ਥੱਕੇ ਆਏ ਇੰਨੀ ਗਰਮੀ ਚ ਇੱਧਰ ਆ ਜਾਓ ਭੈਣ ਜੀ ਤੁਸੀਂ ਹੋਰ ਸੁਣਾਓ ਭੈਣ ਜੀ ਕੀ ਹਾਲ ਚਾਲ ਹੈ ਤੁਹਾਡਾ ਆਏ ਜੇ ਕਾਹਤੇ ਤੁਸੀਂ ਹੋਏ ਪਏ ਹੋ ਨਹੀਂ ਨਹੀਂ ਭੈਣ ਜੀ ਠੀਕ ਹੈ ਮੈਂ ਵਧੀਆ ਮਾਰ ਤਾਂ ਨਹੀਂ ਕਿਤੇ ਤੁਸੀਂ ਨਾ ਨਾ ਕੁਝ ਨਹੀਂ ਹੋਇਆ ਮੈਨੂੰ ਅੱਛਾ ਤੁਸੀਂ ਨਹੀਂ ਮੈਨੂੰ ਇੱਕ ਮਿੰਟ ਪੁੱਤ ਮੈਨੂੰ ਬਾਹਰ ਜਾਣ ਦੇ ਆਏ ਆ ਨਾ ਭੈਣੇ
ਬਿਮਾਰ ਤਾਂ ਭੈਣ ਜੀ ਪਹਿਲਾਂ ਸੀ, ਹੁਣ ਤਾਂ ਸਗੋਂ ਦੀ ਠੀਕ ਹੋਏ ਆ। ਅੱਛਾ, ਕਿਉਂ ਭੈਣ ਜੀ ਦਵਾਈ ਲੈ ਲਈ ਕਿ ਕੋਈ? ਨਹੀਂ, ਦਵਾਈ ਤਾਂ ਲਈ ਜਾਣੀ। ਇਹਨਾਂ ਨੂੰ ਦਵਾਈ ਦਿੱਤੀ ਆ ਤਾਂ ਕਰਕੇ ਠੀਕ ਹੋਏ ਆ। ਕਿਉਂ ਭੈਣ ਜੀ, ਮੈਂ ਸਹੀ ਕਿਹਾ ਨਾ, ਹੈ ਨਾ ਭੈਣ ਜੀ? ਚਲੋ ਕੋਈ ਗੱਲ ਨਹੀਂ, ਹੋ ਜਾਓਗੇ ਠੀਕ, ਹੌਲੀ ਹੌਲੀ ਹੋ ਜਾਓਗੇ। ਹੋਰ ਮਾਸੀ ਤੁਸੀਂ ਠੀਕ ਹੋ? ਤੂੰ ਦੱਸ ਪੁੱਤ ਕਿਵੇਂ? ਮੈਂ ਠੀਕ ਆ ਦਵਾਂ। ਤੇ ਜਵਾਕ ਕਿੱਥੇ ਹੈਗੇ? ਉਹ ਸਰਗਨ ਹੋਰ ਤਾਂ ਸਕੂਲ ਗਏ ਹੋਏ ਆ, ਮੁੰਡਾ ਲੈ ਕੇ ਬਾਹਰ ਲੈ ਕੇ ਗਏ ਆ ਇਹ। ਅੱਛਾ, ਹਾਂਜੀ। ਤੇ ਫੋਨ ਕਰ ਲੈਣਾ ਸੀ ਲਾਡੀ ਨੂੰ, ਆ ਜਾਵੇ। ਹਾਂ ਕਰ ਲੈਣੀ ਆ ਫੋਨ, ਹੈ ਨਾ? ਸਾਦ ਲਾ ਬੁਲਾ ਲਾ, ਆ ਹੀ ਗਿਆ। ਆ ਤੁਹਾਡਾ ਵਧੀਆ, ਇੱਧਰ ਛੋਟਾ ਗੇਟ ਮਗਰਲੇ ਪਾਸੇ ਨਿਕਲਦਾ, ਹੈ ਨਾ? ਹਾਂਜੀ, ਫਿਰ ਇੱਧਰ ਲੈ ਕੇ ਵਧੀਆ ਸਮਾਂ ਇੱਧਰ ਜਾਣਾ ਉਹਨੂੰ। ਸਤਿ ਸ੍ਰੀ ਅਕਾਲ ਪੁੱਤ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹਾਂਜੀ, ਸਤਿ ਸ੍ਰੀ ਅਕਾਲ, ਠੀਕ ਹੈ ਵਧੀਆ। ਲੈ ਮੈਨੂੰ ਫੜਾ ਪੁੱਤ, ਆਜੋ ਜੀ, ਆਜੋ ਜੀ, ਲੈ ਪੁੱਤ ਆ ਲੈ। ਤੇ ਆਹਾ ਓਏ, ਲੱਤਾਂ ਤੇ ਪੈਨ ਚਲਾਈ ਫਿਰਦਾ ਹੈ, ਵਾਲੀ ਫੜਾਈ ਕਰ ਲਈ ਮੈਨੂੰ ਲੱਗਦਾ ਹੈ ਨਾ। ਮੈਂ ਤਾਂ ਕੁਰਸੀ ਲਿਆਂ ਦੋ। ਹਾਂਜੀ ਲਿਆਉਂਦਾ, ਸਾਰਾ ਦਿਨ ਭਜਾ ਪੈਨਾਂ ਦਾ ਤਾਂ ਖੇੜਾ ਨਹੀਂ ਛੱਡਦਾ ਇਹ। ਉਹ ਫਿਰ ਕੁੜੀਆਂ ਦੇਖ ਕੇ ਹਾਂਜੀ ਕਰਦਾ ਹੋਣਾ। ਹਾਂਜੀ, ਅੰਦਰ ਬਹਿ ਜਾਂਦੇ ਬੇਬੇ, ਕਿਵੇਂ ਬਾਹਰ ਹੀ ਭਾਲਿਆ ਗਰਮੀ। ਮੈਂ ਤਾਂ ਪੁੱਤ ਕਿਹਾ ਸੀਗਾ ਸੰਧਾਰਾ ਦੇ ਆਈਏ, ਹੈ ਨਾ? ਤੇ ਨਾਲੇ ਕੋਈ ਬਿਸਕੁਟ ਬਿਸਕੁਟ ਤੇ ਹੋਰ ਜਵਾਕਾਂ ਨੂੰ ਲੈਣਾ ਦੇਣਾ ਜਿਹੜਾ ਹੁੰਦਾ ਤਿਉਹਾਰ ਤੇ, ਉਹ ਫੜਾਏ। ਸੰਧਾਰੇ ਤੋਂ ਤਾਂ ਕੀ ਕਰਾਉਣਾ ਸੀ, ਸਾਨੂੰ ਪਿਛਲੀ ਵਾਰੀ ਵੀ ਚੰਗਾ ਭਲਾ ਦੱਸਿਆ ਹੋਇਆ ਸੀ ਵੀ ਤੁਹਾਡੇ ਵਾਲਾ ਸੰਧਾਰਾ ਥਾ ਸਾਡੇ ਘਰੇ ਉਹੀ ਰੋਲਦਾ ਫਿਰਦਾ ਹੁੰਦਾ। ਕਾਕਾ ਜੀ, ਮੇਰੀ ਗੱਲ ਸੁਣ, ਇੱਕ ਮਿੰਟ ਮੈਂ ਗੱਲ ਕਰਦਾ ਮੇਰੇ ਪੁੱਤਰ ਜੀ ਨਾਲ। ਕਾਕਾ ਜੀ, ਉਹ ਸੰਧਾਰਾ ਪਹਿਲਾਂ ਰੁਲਦਾ ਸੀ, ਹੁਣ ਨੀ ਰੁਲਦਾ। ਪੁੱਛੋ ਭੈਣ ਜੀ ਨੂੰ, ਦੱਸਣਾ ਮਾੜਾ ਜਾ, ਉਹੀ ਸੰਧਾਰਾ ਐਤਕੀ ਲੈ ਕੇ ਆਏ ਹੋਣਗੇ, ਐਤਕੀ ਕਿਹੜਾ ਕਾਜੂ ਬਦਾਮ ਪਾ ਲਏ ਹੋਣਗੇ। ਨਹੀਂ ਨਹੀਂ ਪੁੱਤ, ਧੀਆਂ ਨੂੰ ਤਾਂ ਪੇਕਿਆਂ ਦੇ ਸੰਧਾਰੇ ਦੀ ਆਸ ਹੁੰਦੀ ਹੈ, ਨਾਲੇ ਭਰਾ ਜੀ ਇੰਨੇ ਮਾਣ ਨਾਲ ਲੈ ਕੇ ਆਏ ਨੇ ਸੰਧਾਰਾ, ਤਾਂ ਵਧੀਆ ਕੁਛ ਲੈ ਕੇ ਆਏ ਹੋਣਗੇ। ਉਹ ਬੇਬੇ ਮੇਰੀ ਗੱਲ ਸੁਣ, ਪਹਿਲਾਂ ਵੀ ਤਾਂ ਇਹ ਲੈ ਕੇ ਆਏ ਸੀਗੇ ਸਮਾਨ, ਉਦੋਂ ਵਾਲੀ ਪੰਜੀਰੀ ਵੀ ਸਾਰੀ ਸਿਰੀ ਨੇ ਖਾਧੀ ਆ, ਉਹ ਵੀ ਤਾਂ ਮਾਂ ਨਾਲ ਹੀ ਲਿਆਂਦੀ ਸੀ ਇਹਨਾਂ ਨੇ। ਕਾਕਾ ਜੀ, ਪਹਿਲਾਂ ਵਾਲੀ ਪੰਜੀਰੀ ਸੀ ਜਿਹੜੀ ਸਿਰੀ ਖਾ ਗਿਆ, ਐਤਕੀ ਪੰਜੀਰੀ ਤਾਂ ਤੂੰ ਖਾਏਗਾ ਤੇ ਨਾਲੇ ਤੇਰੀ ਮਾਂ ਖਾਊ, ਉਹ ਵੀ ਖੁਸ਼ ਹੋ ਕੇ। ਮੈਂ ਤਾਂ ਉਹੀ ਨਹੀਂ ਮੂੰਹ ਤੇ ਲਾ ਕੇ ਰਾਜੀ ਤੁਹਾਡਾ ਸਮਾਨ ਕੋਈ। ਆਕਾਸ਼, ਕੀ ਹੋਇਆ ਤੈਨੂੰ? ਆਦੇ ਪਿਆਉ ਨੂੰ ਪਿਆਦੇ, ਐਂ ਬੋਲੀ ਦਾ ਹੁੰਦਾ? ਉਹ ਬੇਬੇ ਇਹ ਬੰਦੇ ਤਾਂ ਉਹੀ ਨੇ, ਕਿਉਂ ਤੂੰ ਇਹਨਾਂ ਦੀ ਇੰਨੀ ਖਾਤਰਦਾਰੀ ਕਰਦੀ ਆ, ਇਹ ਖਾਤਰਦਾਰੀ ਦੇ ਲਾਇਕ ਨਹੀਂ ਹੈਗੇ, ਤੈਨੂੰ ਪਤਾ ਤਾਂ ਹੈ। ਤੈਨੂੰ ਇਹ ਪਤਾ ਤੇਰੇ ਪਿਓ ਦਾ ਦਰਜਾ ਰੱਖਦੇ ਨੇ ਤੇ ਪਿਓ ਨੂੰ ਕੋਈ ਐ ਬੋਲਦਾ ਹੁੰਦਾ? ਮੇਰੇ ਪਿਓ ਦੀ ਰਿਸ ਕਰੂਗਾ ਇਹ? ਹੈ, ਇਹ ਮੇਰੇ ਪਿਓ ਦੀ ਜੁੱਤੀ ਦੇ ਬਰਾਬਰ ਨਹੀਂ। ਕਮਾਲ ਕਰਦੀਆਂ ਤੂੰ ਬੇਬੇ, ਐਵੇਂ ਸਿਰ ਚੜਾਈ ਜਾਂਦੀ ਆ ਤੂੰ। ਕਾਕਾ ਮੇਰੀ ਗੱਲ ਸੁਣ, ਮੂੰਹ ਸੰਭਾਲ ਕੇ ਗੱਲ ਕਰੀ ਮੇਰੇ ਨਾਲ, ਫੇਰ ਨਾ ਕਹੀਂ ਮੈਂ ਤੈਨੂੰ ਮੁਚਕਦੇ ਤੇਰੀ ਬੇਇੱਜ਼ਤੀ ਕਰਕੇ ਰੱਖਤੀ। ਨਾ ਕੀ ਕਰ ਦੇਗਾ ਤੂੰ, ਕੀ ਕਰ ਦੇਗਾ? ਕਾਸ਼, ਹੈ ਗੱਲ ਸੁਣ ਮੇਰੀ, ਇਹਨੂੰ ਮੈਂ ਧੱਕੇ ਮਾਰ ਕੇ ਹੁਣੀ ਘਰੋਂ ਕੱਢ ਦੂੰ, ਜੇ ਬਾਹਰ ਚਾਂਬਲਾ ਫਿਰ ਦਾਂਗਾ। ਕੋਈ ਗੱਲ ਨਹੀਂ, ਕੱਢ ਤੂੰ ਉਹਨੂੰ, ਕੱਢ। ਕੀ ਕਰ ਰਿਹਾ ਤੂੰ ਇਹ? ਤੈਨੂੰ ਅਕਲ ਹੈਗੀ ਹੈ ਵੀ ਵੱਡਿਆਂ ਨਾਲ ਕਿਵੇਂ ਗੱਲ ਕਰੀਦੀ ਹੈ? ਘਰੇ ਆਏ ਤਾਂ ਦੁਸ਼ਮਣ ਨੂੰ ਵੀ ਬੰਦਾ ਪਤਾ ਕਿੰਨਾ ਪਿਆਰ ਸਤਿਕਾਰ ਨਾਲ ਬੋਲਦਾ, ਤੂੰ ਬੈਠ। ਤੇ ਤਾਂ ਫਿਰ ਵੀ ਤੇਰੇ ਆਪਣੇ ਨੇ। ਉਹ ਬੇਬੇ ਤੇਰੀ ਮਤ ਨੂੰ ਹੋਇਆ ਕੀ ਹੈ, ਮੇਰੀ ਗੱਲ ਤਾਂ ਸੁਣ ਲੈ, ਇਹ ਉਹੀ ਨੇ, ਇਹ ਮਨਿੰਦਰ ਵੀ ਉਹੀ ਹੈ, ਇਹਨੂੰ ਚਾਰ ਧੱਕੇ ਮਾਰ ਕੇ ਘਰੋਂ ਕੱਢਾਂਗੇ ਨਾ, ਤਾਂ ਆ ਵੀ ਉਹਦੀ। ਮੇਰੀ ਗੱਲ ਤੇਰੀਆਂ ਗੱਲਾਂ ਦੱਸਾਂ, ਧੱਕੇ ਨਾ ਤੂੰ ਕਿਸੇ ਹੋਰ ਨੂੰ ਮਾਰਨ ਗਿਜਿਆ, ਮੇਰੀ ਧੀ ਨੂੰ ਨਹੀਂ। ਅੱਜ ਤੋਂ ਪਹਿਲਾਂ ਜੋ ਕੁਛ ਹੋਣਾ ਸੀ ਹੋ ਗਿਆ। ਬਾਪੂ ਜੀ ਤੁਸੀਂ ਕਦੋਂ ਆਏ? ਆਪਦੀ ਔਕਾਤ ਨਾ ਭੁੱਲੋ, ਤੈਨੂੰ ਪਤਾ ਕਿਹਦੇ ਗਲਾਂ ਵਿੱਚ ਹੱਥ ਪਾਇਆ ਤੂੰ? ਸਰਦਾਰ ਆ ਮੈਂ, ਸਰਦਾਰ ਤੇ ਆ ਤੇਰੀ ਪੱਗ ਲਹਾ ਸਕਦਾ, ਤੈਨੂੰ ਇਹਨਾਂ ਪਤਾ? ਆ ਪੱਗ ਮੇਰੇ ਪੈਰੀ ਧਰੇਗਾ ਤੂੰ, ਆਪਦੀ ਧੀ ਖਾਤਰ ਤੇ ਆਪਦੇ ਜਵਾਕਾਂ ਖਾਤਰ। ਆਕਾਸ਼ ਜਾਣਦਾ ਤੇਰੀ ਸਰਦਾਰੀ ਨੂੰ, ਮੈਂ ਚੰਗੀ ਸਰਦਾਰ ਹੋ ਤੁਸੀਂ, ਤੁਸੀਂ ਉਹ ਸਰਦਾਰ ਹੋ
ਜਿਹੜੇ ਸਾਡੇ ਵਰਗੇ ਗਰੀਬ ਕਿਸਾਨਾਂ ਦੀਆਂ ਕੁੜੀਆਂ ਨੂੰ ਆਪਦੀ ਪੈਰ ਦੀ ਜੁੱਤੀ ਸਮਝਦੇ ਹੋ ਤੁਸੀਂ? ਤੁਸੀਂ ਉਹ ਸਰਦਾਰ ਹੋ ਜਿਹਨੂੰ ਮਜ਼ਲੂਮ ਧੀਆਂ ਤੇ ਜ਼ੁਲਮ ਕਰਦੇ ਹੋ ਤੁਸੀਂ ਜੀ? ਅੱਜ ਮੈਂ ਆਪਦੀ ਧੀ ਵਾਸਤੇ ਸੰਧਾਰਾ ਲੈ ਕੇ ਆ ਗਿਆ, ਜਿੰਨੀ ਕਿ ਮੇਰੀ ਔਕਾਤ ਸੀ, ਤਾਂ ਤੂੰ ਮੈਨੂੰ ਮੇਰੀ ਔਕਾਤ ਯਾਦ ਕਰਾਤੀ? ਸੰਧਾਰਾ ਵਾਪਸੀ ਲੈ ਜੀ, ਸੰਧਾਰਾ ਜੀ ਸਾਨੂੰ ਕੋਈ ਲੋੜ ਨਹੀਂ। ਬੇਬੇ ਤੂੰ ਮੇਰੀ ਨੀਵੀਂ ਪਵਾਤੀ ਅੱਜ, ਕੋਈ ਗੱਲ ਨਹੀਂ, ਬੋਲਣ ਦੀ ਜਮਾ ਆਖਰ ਮੌਤ ਹੈ ਨਹੀਂ। ਜਦੋਂ ਕੋਈ ਆਪਣੀ ਧੀ ਨੂੰ ਕੋਈ ਵੀ ਸੰਧਾਰਾ ਲੈ ਕੇ ਆਉਂਦਾ ਨਾ, ਤਾਂ ਸੋਨੇ ਦੀਆਂ ਤਾਰਾਂ ਹੁੰਦੀਆਂ। ਵੀਰ ਜੀ ਬੈਠੋ, ਇਹਦੀ ਗਲਤੀ ਮਾਫ ਕਰ ਦਿਓ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ, ਅਣਜਾਣਪੁਣੇ ਚ ਗਲਤੀ ਹੋ ਗਈ। ਹੋ ਗਈ ਗਲਤੀ? ਨਹੀਂ ਭੈਣ ਜੀ, ਤੁਹਾਡਾ ਮੁੰਡਾ ਕੁਝ ਜ਼ਿਆਦਾ ਹੀ ਬੋਲ ਗਿਆ। ਮੈਨੂੰ ਨਹੀਂ ਲੱਗਦਾ ਬਾਈ ਇਹਨਾਂ ਦਾ ਹਕਾਰ ਟਹਿਲਾ ਹੋਇਆ, ਇਹਨਾਂ ਦਾ ਹਕਾਰ ਤਾਂ ਸਮਾਰ ਕੇ ਟਹਿਲਾ ਕਰਨਾ ਪਊਗਾ। ਨਹੀਂ ਨਹੀਂ ਭੈਣੇ, ਵੀਰ ਜੀ ਤੁਸੀਂ ਤਾਂ ਮੇਰੇ ਤੇ ਰਹਿਮ ਕਰੋ। ਮੇਰੀ ਗੱਲ ਸੁਣ ਸ਼ਿੰਦਰਪਾਲ, ਇੱਕ ਕੰਨ ਖੋਲ ਕੇ ਫੇਰ ਨਾ ਕਹੀਂ ਕਿ ਮੈਨੂੰ ਦੱਸਿਆ ਨਹੀਂ, ਠੀਕ ਹੈ ਨਾ? ਆਪਦੇ ਮੁੰਡੇ ਨੂੰ ਆਪਦੇ ਬੱਸ ਦੇ ਵਿੱਚ ਕਰ ਲਾ, ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ। ਜੇ ਇਹਨੇ ਮੇਰੀ ਧੀ ਨੂੰ ਇੱਕ ਇੰਚ ਵੀ ਤਕਲੀਫ ਦਿੱਤੀ ਨਾ, ਤਾਂ ਤੂੰ ਇਹ ਸੋਚ ਮੈਂ ਭੁੱਲ ਜੂ ਕਿ ਤੁਹਾਡਾ ਤੇ ਮੇਰਾ ਰਿਸ਼ਤਾ ਕੀ ਆ। ਬਸ ਵੀਰ ਜੀ, ਹਜੇ ਤਾਂ ਮੈਂ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆ ਰਿਹਾ, ਤੁਹਾਨੂੰ ਅੱਗੇ ਤੋਂ ਕੋਈ ਵੀ ਗਲਤੀ ਦਾ ਮੌਕਾ ਨਹੀਂ ਮਿਲੂਗਾ, ਬਸ ਇਹ ਉਹਦੀ ਆਖਰੀ ਗਲਤੀ ਸਮਝ ਕੇ ਮਾਫ ਕਰ ਦਿਓ। ਚਲੋ ਕੋਈ ਨਾ ਜਿਹੜੀ ਤੁਹਾਨੂੰ ਸੁਭਾਅ ਦਾ ਪਤਾ ਤਾਂ ਹੈਗਾ ਹੀ ਆ, ਉਹ ਘਾਬਰ ਜਾਂਦੇ ਆ ਮਾੜੀ ਜੀ ਗੱਲ ਤੇ। ਕੋਈ ਨੀ ਪੁੱਤ, ਤੂੰ ਘਬਰਾ ਨਾ, ਚੱਲ ਖੜੀ ਕਰਦੀ ਚੱਲ ਗਈ ਵੀ ਮੇਰੀ ਧੀ ਔਖੀ ਆ, ਬਸ ਤੇਰੇ ਕੋਲ ਤਾਂ ਰੋਣ ਤੋਂ ਬਿਨਾ ਹੋਈ ਨਹੀਂ। ਚੱਲ ਬੈਣੀ ਕੀ ਆ ਹੁਣ, ਚੱਲ ਚੱਲ ਗਈ ਚੱਲ ਹੁਣ ਨਹੀਂ ਬੈਠ। ਬੀਜੀ ਨਾ ਬਸ, ਚੱਲ ਹੁਣ ਬਸ, ਚਾਹ ਪੀਤੀ ਪਈ ਆ, ਮੇਰੀ ਗੱਲ ਤਾਂ ਸੁਣੋ। ਕੋਈ ਨੀ, ਕਰਦੇ ਆ ਤੁਹਾਡੇ ਨਾਲ ਗੱਲ। ਅਸੀਂ ਭੈਣ ਜੀ ਤੁਸੀਂ ਸਮਝਾਓ ਵੀਰ ਜੀ। ਸਮਝਾਉਣ ਨੂੰ ਭੈਣ ਜੀ ਕੁਛ ਨਹੀਂ ਰਹਿ ਗਿਆ। ਬਾਪੂ ਤੁਸੀਂ ਰੁਕੋ, ਕਿਤੇ ਨਹੀਂ ਜਾਣਾ, ਕਿਉਂ ਗੁੱਸਾ ਕਰਦੇ ਹੋ ਮੇਰੇ ਕਰਕੇ? ਬਾਪੂ ਰੁਕ ਜਾਣਾ। ਨਹੀਂ ਧੀਏ, ਤੇਰੇ ਬਾਪੂ ਦਾ ਹਰ ਵਾਰੀ ਇੱਥੇ ਆਏ ਦਾ ਅਪਮਾਨ ਹੁੰਦਾ, ਹੁਣ ਬਹੁਤ ਜ਼ਿਆਦਾ ਹੋ ਗਿਆ। ਬਾਪੂ ਮੈਂ ਮਾਫੀ ਮੰਗਦੀ ਆ, ਮੇਰੇ ਕਰਕੇ ਰੁਕ ਜਾ। ਸ਼ਿੰਦਰੇ ਜੇ ਬੰਦਾ ਗੁੱਸੇ ਹੋ ਕੇ ਇੱਥੋਂ ਵਗ ਗਿਆ ਨਾ, ਜੇ ਕਾਗਜ਼ਾਂ ਵਾਲੀ ਗੱਲ ਇਹਨੇ ਸਭ ਦੇ ਸਾਹਮਣੇ ਰੱਖ ਦਿੱਤੀ, ਤੂੰ ਤਾਂ ਜਮਾਂ ਹੀ ਪੱਟੀ ਜਾਵੇਂਗੀ। ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ। ਭਰਾ ਜੀ ਮੈਂ ਤੁਹਾਡੇ ਪੈਰੀ ਪੈਂਦੀ ਹਾਂ, ਤੁਸੀਂ ਇੱਕ ਵਾਰੀ ਉਹਨੂੰ ਮਾਫ਼ ਕਰ ਦਿਓ, ਉਹ ਤਾਂ ਬੇਸਮਝ ਹੈਗਾ। ਤੁਸੀਂ ਮੰਨੋ ਮੇਰੀ ਗੱਲ, ਮੈਂ ਤਾਂ ਮਾਫ਼ੀ ਮੰਗਾ ਦਿੰਦੀ ਹਾਂ। ਆਓ ਬੈਠੋ ਤੁਸੀਂ, ਆਓ ਭੈਣ ਜੀ ਬੈਠੋ ਤੁਸੀਂ ਵੀ। ਚਲੋ ਬੈਠੋ ਭੈਣ ਜੀ। ਬਾਪੂ ਤੁਸੀਂ ਗੁੱਸਾ ਨਾ ਕਰੋ, ਨਾ ਤੁਸੀਂ ਤਾਂ ਮੇਰੀ ਖਾਤਰ ਆਏ ਹੋ, ਇਹਨਾਂ ਦੀ ਖਾਤਰ ਥੋੜਾ ਆਏ ਹੋ, ਤੁਸੀਂ ਕਿਉਂ ਇਹਨਾਂ ਦੀਆਂ ਗੱਲਾਂ ਤੇ ਗੌਰ ਕਰਦੇ ਹੋ? ਗੌਰ ਕਿਉਂ ਨਾ ਕਰੀਏ ਧੀਏ, ਭੈਣ ਜੀ ਤੁਹਾਡੇ ਵਾਸਤੇ ਇਹ ਚੰਗੀ ਗੱਲ ਨਹੀਂ, ਆਏ ਵਾਰ ਬੇਇੱਜ਼ਤੀ ਕਰਕੇ ਤੋਰ ਦਿੰਦੇ ਹੋ ਤੁਸੀਂ। ਪਹਿਲਾਂ ਤੁਸੀਂ ਕਰਕੇ ਤੋਰਦੇ ਸੀ ਬੇਇੱਜ਼ਤੀ, ਹੁਣ ਤੁਹਾਡਾ ਪੁੱਤ ਬੇਇੱਜ਼ਤੀ ਕਰਕੇ ਤੋਰਦਾ। ਗੱਲ ਸੁਣੋ ਭੈਣ ਜੀ ਮੇਰੀ, ਇਹ ਵੀ ਇੱਕ ਰੱਬ ਦੇ ਜੀ ਹੈ, ਅਕਸਰ ਨੂੰ ਤਾਂ ਇਹਨਾਂ ਨੇ ਵੀ ਜਨਮ ਲਿਆ ਜੱਗ ਤੇ, ਤੁਸੀਂ ਮਾੜਾ ਜਾਂ ਤਾਂ ਦਿਮਾਗ ਨਾਲ ਸੋਚੋ ਵੀ ਜਿੱਦਾਂ ਦੇ ਇਹ ਆਉਂਦੇ ਉਦਾਂ ਦਾ ਆਹੀ ਕੁਛ ਚੱਲਦਾ, ਹੁਣ ਸੋਨੂੰ ਨਾਲੇ ਬਦਲਣਾ ਚਾਹੀਦਾ। ਮੈਂ ਮੰਨਦੀ ਹਾਂ ਭੈਣ ਜੀ ਮੇਰੇ ਪੁੱਤ ਦੀ ਬਹੁਤ ਵੱਡੀ ਗਲਤੀ ਹੈ, ਪਰ ਉਹਦੀ ਗਲਤੀ ਦੀ ਮਾਫੀ ਮੈਂ ਤੁਹਾਡੇ ਤੋਂ ਹੱਥ ਬੰਨ ਕੇ ਮੰਗ ਰਹੀ ਹਾਂ। ਮੇਰੀ ਗੱਲ ਸੁਣੋ ਭੈਣ ਜੀ, ਤੁਹਾਨੂੰ ਮਾਫੀ ਮੰਗਣ ਦੀ ਲੋੜ, ਤੁਸੀਂ ਮਾੜੀ ਜੀ ਮੇਰੀ ਇੱਕ ਮਿੰਟ ਗੱਲ ਸੁਣੋਗੇ ਆ ਕੇ? ਹਾਂਜੀ ਆਜੋ, ਤੁਸੀਂ ਬੈਠੋ ਪੁੱਤ, ਮੈਂ ਮਾੜੀ ਜੀ ਗੱਲ ਕਰ ਲਾ ਭੈਣ ਜੀ ਨਾਲ। ਬਹਿ ਜਾ ਮਨਿੰਦਰ ਪੁੱਤ।